ਤੁਸੀਂ ਵੇਖ ਰਹੇ ਹੋ ਜਸ ਪੰਜਾਬੀ ਔਰ ਅੱਜ ਇਸ ਮੰਚ ਦੇ ਉੱਤੇ ਇੱਕ ਅਹਿਮ ਵਿਸ਼ਾ ਜਿਹਨੂੰ ਅੱਜ ਅਸੀਂ ਇਸ ਮੰਚ ਦੇ ਚੱਕਾਂਗੇ ਔਰ ਉਸ ਮੁੱਦੇ ਦੀ ਸ਼ੁਰੂਆਤ ਅਸੀਂ ਜ਼ਰੂਰ ਕਰਾਂਗੇ। ਸਭ ਤੋਂ ਪਹਿਲਾਂ ਤਾਂ ਮੈਂ ਸਤਿ ਸ਼੍ਰੀ ਅਕਾਲ ਬੁਲਾਉਣਾ ਚਾਹੁੰਦਾ ਆਪਣੇ ਸਾਰੇ ਦਰਸ਼ਕਾਂ ਨੂੰ ਜੋ ਨੌਰਥ ਅਮੈਰੀਕਾ ਦੇ ਵਿੱਚ ਇਸ ਪ੍ਰੋਗਰਾਮ ਨੂੰ ਢੇਰ ਸਾਰਾ ਪਿਆਰ ਦਿੰਦੇ ਹਨ ਔਰ ਵਿਸ਼ਵ ਭਰ ਦੇ ਵਿੱਚ ਜਦ ਇਹ ਪ੍ਰੋਗਰਾਮ ਪਹੁੰਚਦਾ ਤਾਂ ਤੁਸੀਂ ਆਪਣੇ ਪ੍ਰਤੀਕਰਮ ਵੀ ਇਸ ਮੰਚ ਦੇ ਉੱਤੇ ਸਾਂਝਾ ਕਰਦੇ ਹੋ। ਕਈ ਸਾਰੇ ਅਹਿਮ ਵਿਸ਼ੇ ਅਸੀਂ ਇਸ ਮੰਚ ਦੇ ਉੱਤੇ ਲੈ ਕੇ ਆਏ ਔਰ ਜਦ ਲੋੜ ਪਈ ਤਾਂ ਅਸੀਂ ਉਹਨਾਂ ਦੇ ਉੱਤੇ ਵਿਚਾਰ ਵੀ ਕੀਤਾ। ਅੱਜ ਵੀ ਇੱਕ ਅਹਿਮ ਮਸਲਾ ਇਸ ਮੰਚ ਦੇ ਉੱਤੇ ਅਸੀਂ ਲੈ ਕੇ ਆਏ ਹਾਂ। ਕਈ ਵਾਰ ਕਈ ਰਿਸ਼ਤੇ ਬਹੁਤ ਜ਼ਰੂਰੀ ਬਣ ਜਾਂਦੇ ਹਨ ਔਰ ਕਈ ਵਾਰ ਕਈ ਰਿਸ਼ਤੇ ਮਜਬੂਰੀ ਬਣ ਜਾਂਦੇ ਹਨ ਅਤੇ ਅੱਜ ਇਸ ਮੰਚ ਦੇ ਉੱਤੇ ਸਮਝਾਂਗੇ ਕਿ ਇਹ ਜਿਹੜਾ ਰਿਸ਼ਤਾ ਹੈਗਾ ਇਹ ਜ਼ਰੂਰੀ ਹੈ ਜਾਂ ਫਿਰ ਮਜਬੂਰੀ ਹੈ। ਜੇ ਮਜਬੂਰੀ ਹੈ ਤਾਂ ਫਿਰ ਇਹ ਕਿਸ ਗੱਲ ਦੀ ਮਜਬੂਰੀ ਹੈ ਕਿ ਅੱਜ ਇਸ ਗੱਲ ਦੀ ਜ਼ਰੂਰਤ ਪਈ ਔਰ ਜੇਕਰ ਜ਼ਰੂਰੀ ਹੈ ਤਾਂ ਫਿਰ ਕਿਸ ਗੱਲ ਦੀ ਜ਼ਰੂਰਤ ਹੈ ਜਿਸ ਕਰਕੇ ਇਹਦੀ ਜ਼ਰੂਰਤ ਪਈ। ਥੋੜ੍ਹਾ ਜਿਹਾ ਕੋਂਪਲੀਕੇਟਡ ਲੱਗ ਰਿਹਾ ਹੋਣਾ ਲੇਕਿਨ ਇੱਕ ਪਾਰਟੀ ਹੈ ਜੋ ਇਸ ਮਾਹੌਲ ਨੂੰ ਅੱਜ ਕੋਂਪਲੀਕੇਟ ਜਿਹਾ ਕਰੇਗੀ। ਕਦੀ ਕਵਾਰ ਕੀ ਹੁੰਦਾ ਕਿ ਅਸੀਂ ਇੰਨਾ ਵਿਸ਼ਵਾਸ ਕਰ ਲੈਂਦੇ ਹਾਂ ਔਰ ਵਿਸ਼ਵਾਸ ਕਰਨ ਦੇ ਬਾਅਦ ਜਦ ਸਾਡੇ ਨਾਲ ਵਿਸ਼ਵਾਸ ਘਾਤ ਹੁੰਦਾ ਤਾਂ ਸਾਨੂੰ ਬਹੁਤ ਹੀ ਮੁਸ਼ਕਿਲ ਜਿਹੜੀ ਹੈ ਉਹ ਹੁੰਦੀ ਹੈ ਔਰ ਸਾਨੂੰ ਲੱਗਦਾ ਕਿ ਅਸੀਂ ਵਿਸ਼ਵਾਸ ਘਾਤ ਸਾਡੇ ਨਾਲ ਬਹੁਤ ਵੱਡੇ ਪੱਧਰ 'ਤੇ ਹੋਇਆ। ਸੰਤਾਪ ਅਸੀਂ ਅੱਜ ਤੋਂ ਨਹੀਂ 1947 ਤੋਂ ਹੰਡਾਉਂਦੇ ਹੋਏ ਅੱਜ 2020 ਹੋ ਚੁੱਕਿਆ ਇੱਥੇ ਤੱਕ ਪਹੁੰਚ ਚੁੱਕੇ ਹਾਂ ਲੇਕਿਨ 1947 ਤੋਂ ਲੈ ਕੇ 2020 ਤੱਕ ਦਾ ਸਾਡਾ ਇਤਿਹਾਸ ਸਿਰਫ ਜਾਂ ਤਾਂ ਜ਼ਰੂਰਤ ਪਈ ਜਾਂ ਤਾਂ ਫਿਰ ਮਤਲਬ ਪਿਆ। ਲੇਕਿਨ ਸੱਚੇ ਔਰ ਸੁੱਚੇ ਸਿਆਸਤਦਾਨਾਂ ਨੇ ਹਮੇਸ਼ਾ ਆਪਣੀ ਆਵਾਜ਼ ਨੂੰ ਬੁਲੰਦ ਕੀਤਾ। ਇਮਾਨਦਾਰੀ ਜਦ ਉਹਨਾਂ ਦੇ ਵਿੱਚ ਵੇਖਣ ਨੂੰ ਮਿਲੀ ਤਾਂ ਫਿਰ ਸਾਡਾ ਵੀ ਸਿਰ ਉਹਨਾਂ ਦੇ ਅੱਗੇ ਨਤਮਸਤਕ ਹੁੰਦਾ ਸੀਗਾ, ਝੁਕਦਾ ਸੀਗਾ ਕਿ ਇਹ ਕੌਮ ਦੀ ਬਾਗਡੋਰ ਨੂੰ ਸਾਂਭਣਗੇ। ਪਰ ਇੱਕ ਪਾਰਟੀ ਦੇ ਉੱਤੇ ਅਗਰ ਅਸੀਂ ਇਸ ਮੰਚ ਦੇ ਉੱਤੇ ਉਸ ਗੱਲ ਨੂੰ ਰੱਖੀਏ ਤਾਂ ਮੈਂ ਤਾਂ ਕਹਾਂਗਾ ਕਿ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਅਗਰ ਕੀਤਾ ਜਾ ਸਕਦਾ ਹੈ ਤਾਂ ਕਿਸ ਗੱਲ ਦਾ ਵਿਸ਼ਵਾਸ ਕਰੀਏ ਅੱਜ ਇਸ ਮੰਚ ਦੇ ਉੱਤੇ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਭਾਰਤ ਦੀ ਰਾਜਧਾਨੀ ਦਿੱਲੀ ਦੇ ਵਿੱਚ ਚੋਣਾਂ ਹਨ। ਚੋਣਾਂ ਦੇ ਵਿੱਚ ਵੱਖ ਵੱਖ ਪਾਰਟੀਆਂ ਆਪਣੀ ਕਿਸਮਤ ਅਜ਼ਮਾਉਣਗੀਆਂ। ਪਿਛਲੇ ਵੀਕ ਜਦ ਅਸੀਂ ਮੁੱਦਾ ਲੈ ਕੇ ਆਏ ਸੀ ਤਾਂ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਸੀਗੀ ਕਿ ਉਹ ਕਿਸ ਤਰੀਕੇ ਦੀ ਆਪਣੀ ਰਣਨੀਤੀ ਬਣਾ ਕੇ ਦਿੱਲੀ ਦੇ ਮੈਦਾਨ ਦੇ ਵਿੱਚ ਉਤਰੀ ਹੈ। ਉਹ ਤੁਹਾਡੀ ਖਿਦਮਤ ਦੇ ਵਿੱਚ ਅਸੀਂ ਪ੍ਰੋਗਰਾਮ ਰੱਖਿਆ ਸੀਗਾ ਲੇਕਿਨ ਅੱਜ ਜਿਸ ਪਾਰਟੀ ਦੀ ਗੱਲ ਕਰਨ ਮੈਂ ਜਾ ਰਿਹਾ ਉਹਦੀ ਰਣਨੀਤੀ ਅਤੇ ਉਹਦੀ ਨੀਤੀ ਅਤੇ ਰਾਜ ਜਿਹਨੂੰ ਮਿਲਾ ਕੇ ਅਸੀਂ ਰਾਜਨੀਤੀ ਕਹਿੰਦੇ ਹਾਂ ਆਖਿਰਕਾਰ ਹੈ ਕੀ ਉਹ ਰਾਜ ਕਰਨ ਆਏ ਨੇ ਕਿ ਉਹ ਸੇਵਾ ਕਰਨ ਆਏ ਨੇ। ਜੇ ਸੇਵਾ ਕਰਨ ਆਏ ਨੇ ਤਾਂ ਫਿਰ ਕੀ ਉਹਨਾਂ ਨੂੰ ਰਾਜ ਤੋਂ ਖਤਰਾ ਹੈ? ਜੇ ਰਾਜ ਕਰਨ ਆਏ ਨੇ ਤਾਂ ਫਿਰ ਉਹ ਸੇਵਾ ਕਿਉਂ ਕਹਿੰਦੇ ਆ ਕਿ ਅਸੀਂ ਸੇਵਾ ਕਰਦੇ ਹਾਂ? ਰਾਜ ਨਹੀਂ, ਅਸੀਂ ਸੇਵਾ ਕਰਦੇ ਹਾਂ। ਇਹ ਸ਼੍ਰੋਮਣੀ ਅਕਾਲੀ ਦਲ ਬ੍ਰੈਕਟ ਦੇ ਵਿੱਚ ਬਾਦਲ ਕਹਿੰਦੇ ਹੋਏ ਕਾਫੀ ਲੰਬੇ ਸਮੇਂ ਤੋਂ ਨਜ਼ਰ ਆ ਰਹੇ ਹਨ। ਲੇਕਿਨ ਦਿੱਲੀ ਦੇ ਵਿੱਚ ਅੱਜ ਵੱਡੇ ਪੱਧਰ 'ਤੇ ਪ੍ਰੈਸ ਕਾਨਫਰੰਸ ਹੋਈ ਜਿੱਥੇ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹੁਣ ਬੀਜੇਪੀ ਦੇ ਨਾਲ ਦਿੱਲੀ ਦੇ ਵਿੱਚ ਚੋਣ ਨਹੀਂ ਲੜੇਗੀ। ਹੁਣ ਤੁਸੀਂ ਪੁੱਛ ਰਹੇ ਹੋ ਕਿਉਂ ਨਹੀਂ ਲੜੇਗੀ? ਕਾਰਨ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਹਰਮੀਤ ਸਿੰਘ ਕਾਲਕਾ, ਜੋ ਕਿ ਦਿੱਲੀ ਤੋਂ ਅਗਵਾਈ ਵੀ ਕਰਦੇ ਹਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ,
ਤੇ ਨਾਲ ਸਾਬਕਾ MLA ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਬਕਾਇਦਾ ਅੱਜ ਪ੍ਰੈਸ ਕਾਨਫਰੰਸ ਕਰਦੇ ਹੋਏ ਨਜ਼ਰ ਆਏ। ਕਿਹਾ ਉਹਨਾਂ ਨੇ ਕਿ ਅਸੀਂ ਕਈ ਮੁੱਦਿਆਂ ਦੇ ਉੱਤੇ ਜਿਹੜਾ ਸਹਿਮਤੀ ਨਹੀਂ ਜਿਤਾਉਂਦੇ। ਸਾਡੀ ਕਈ ਵਾਰ BJP ਸਰਕਾਰ ਦੇ ਨਾਲ ਮੀਟਿੰਗ ਹੋਈ ਜਿਹਦੇ ਵਿੱਚ ਅਸੀਂ ਸਿਟੀਜ਼ਨ ਅਮੈਂਡਮੈਂਟ ਐਕਟ ਨੂੰ ਲੈ ਕੇ ਸਾਡੀ ਜਿਹੜੀ ਆਪਸ ਦੇ ਵਿੱਚ ਖਿਆਲ ਹਨ ਸਾਡੀ ਵਿਚਾਰਧਾਰਾ ਨਹੀਂ ਮਿਲਦੀ, ਕਿਉਂਕਿ ਇਹ ਸਿਟੀਜ਼ਨ ਅਮੈਂਡਮੈਂਟ ਮਿਲ ਯਾਨੀ ਕਿ ਸਿਟੀਜ਼ਨ ਅਮੈਂਡਮੈਂਟ ਐਕਟ CAA ਸਿੱਖਾਂ ਦੇ ਖਿਲਾਫ ਹੈ, ਇਹ ਮਿਨੋਰਿਟੀ ਦੇ ਖਿਲਾਫ ਹੈ, ਇਸ ਕਰਕੇ ਸਾਡੀ ਤੁਹਾਡੇ ਨਾਲ ਸੁਰ ਦੇ ਨਾਲ ਸੁਰ ਨਹੀਂ ਮਿਲਦੇ। ਲੇਕਿਨ ਇਹ ਉਹੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਹਨ ਜੋ ਕਿ ਆਪਣੀ ਪਿੱਠ ਥਪਥਪਾ ਕੇ ਕਹਿੰਦੇ ਸੀ, ਔਰ ਬਕਾਇਦਾ BJP ਦੀ ਮੰਚ ਤੋਂ ਉਹਨਾਂ ਨੇ ਆਗਾਜ਼ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ CAA ਯਾਨੀ ਕਿ ਸਿਟੀਜ਼ਨ ਅਮੈਂਡਮੈਂਟ ਐਕਟ ਦੀ ਸਪੋਰਟ ਕਰਦਾ, ਔਰ ਅੱਜ ਇਹਨਾਂ ਦੀ ਪ੍ਰੈਸ ਕਾਨਫਰੰਸ ਹੁੰਦੀ ਹੈ ਔਰ ਕਹਿੰਦੇ ਹਨ ਕਿ CAA ਮਿਨੋਰਿਟੀਜ਼ ਦੇ ਖਿਲਾਫ ਹੈ। ਔਰ ਜਦ ਇਸੀ ਮੰਚ ਦੇ ਉੱਤੇ ਅੱਜ ਦੇ ਮੁੱਦੇ ਦੇ ਉੱਤੇ ਅਸੀਂ ਕਈ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਆਏ, ਉਹਨਾਂ ਦੇ ਬੁਲਾਰੇ ਨੂੰ ਲੈ ਕੇ ਆਏ, ਤਾਂ ਉਹਨਾਂ ਨੇ ਪਿੱਠ ਥਪਥਪਾ ਕੇ ਕਿਹਾ ਕਿ ਮਿਨੋਰਿਟੀਜ਼ ਯਾਨੀ ਕਿ ਘੱਟ ਗਿਣਤੀ ਭਾਰਤ ਦੇ ਵਿੱਚ ਬਿਲਕੁਲ ਮਹਿਫੂਜ਼ ਹਨ। ਅਤੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਯਾਦ ਆ ਗਿਆ ਕਿ ਭਾਰਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਕਿਵੇਂ ਸਾਹਮਣੇ ਆ ਗਿਆ ਕਿ ਘੱਟ ਗਿਣਤੀ ਮਹਿਫੂਜ਼ ਨਹੀਂ ਹੈ। ਯਾਨੀ ਕਿ ਤੁਸੀਂ ਕੁਰਸੀ ਦੇ ਲਈ, ਇਸ ਰਾਜ ਦੇ ਲਈ ਜੋ ਵੀ ਕਹੋਗੇ ਅਸੀਂ ਮੰਨ ਲਵਾਂਗੇ। ਖੈਰ ਨੋ, ਹੁਣ ਪ੍ਰੋਸੀਜਰ ਇਹ ਹੈਗਾ ਕਿ ਰਿਸ਼ਤਾ ਆਪਸ ਦੇ ਵਿੱਚ ਟੁੱਟ ਚੁੱਕਿਆ, ਯਾਨੀ ਕਿ ਜਿਹੜਾ ਇਹ ਗੱਠਜੋੜ ਸੀਗਾ ਦਿੱਲੀ ਦੇ ਵਿੱਚ ਟੁੱਟ ਚੁੱਕਿਆ। ਸਵਾਲ ਵੱਡੇ ਆ ਬਣਦੇ ਹਨ ਕਿ ਅਗਰ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ CAA ਨੂੰ ਲੈ ਕੇ BJP ਦੇ ਨਾਲ ਮੈਚ ਨਹੀਂ ਕਰਦਾ, ਕਿ ਕੀ ਇਹ ਗੱਠਜੋੜ ਪੰਜਾਬ ਦੇ ਵਿੱਚ ਵੀ ਟੁੱਟੇਗਾ? ਕੀ ਕੁਰਸੀ 'ਤੇ ਵਿਰਾਜਮਾਨ ਜਿਨ੍ਹਾਂ ਨੇ ਵਜ਼ਾਰਤ ਕੇਂਦਰ ਦੇ ਵਿੱਚ ਲਈ ਹੋਈ ਹੈ ਬੀਬੀ ਹਰਸਿਮਰਤ ਕੌਰ ਬਾਦਲ ਅਸਤੀਫਾ ਦੇਣਗੇ, ਜਾਂ ਫਿਰ ਸ਼੍ਰੋਮਣੀ ਅਕਾਲੀ ਦਲ 2022 ਦੇ ਵਿੱਚ ਆਪਣੇ ਦਮ 'ਤੇ ਚੋਣਾਂ ਲੜੇਗਾ ਪੰਜਾਬ ਦੇ ਵਿੱਚ? ਬਾਦਲ ਸਾਹਿਬ, ਰਾਜ ਨਹੀਂ ਸੇਵਾ ਕਰਾਂਗੇ, ਸਾਨੂੰ ਤਾਂ ਸਮਝ ਹੀ ਨਹੀਂ ਆ ਰਿਹਾ, ਸਾਨੂੰ ਤਾਂ ਦੁਚਿੱਤੀ 'ਚ ਤੁਸੀਂ ਪਾਇਆ ਹੋਇਆ, ਤੁਸੀਂ ਰਾਜ ਕਰਨਾ ਚਾਹੁੰਦੇ ਹੋ ਕਿ ਸੇਵਾ ਕਰਨਾ ਚਾਹੁੰਦੇ ਹੋ? ਕਿੰਨੇ ਲੰਬੇ ਸਮੇਂ ਤੋਂ ਤੁਹਾਨੂੰ ਕਿਹਾ ਜਾ ਰਿਹਾ ਕਿ ਤੁਸੀਂ ਸਿੱਖਾਂ ਦੀ ਆਪਣੇ ਆਪ ਨੂੰ ਇੱਕ ਉਹ ਪਾਰਟੀ ਦੱਸਦੇ ਹੋ, ਤੁਸੀਂ ਸਿੱਖਾਂ ਦੀ ਉਹ ਨੁਮਾਇੰਦਾ ਜਮਾਤ ਆਪਣੇ ਆਪ ਨੂੰ ਦੱਸਦੇ ਹੋ ਕਿ ਤੁਸੀਂ ਸਿੱਖਾਂ ਦੀ ਅਗਵਾਈ ਕਰਦੇ ਹੋ ਭਾਰਤ ਦੇ ਵਿੱਚ, ਤਾਂ ਫਿਰ ਤੁਸੀਂ ਅੱਜ ਤੱਕ NDA ਸਰਕਾਰ ਰਾਜ ਸਭਾ ਦੇ ਵਿੱਚ ਵੀ ਲੋਕ ਸਭਾ ਦੇ ਵਿੱਚ ਵੀ ਮੈਜੋਰਿਟੀ ਦੇ ਵਿੱਚ ਹੈ, ਤੁਸੀਂ ਅੱਜ ਤੱਕ ਆਰਟੀਕਲ 25B ਦੇ ਵਿੱਚ ਵੀ ਸੰਸ਼ੋਧਨ ਨਹੀਂ ਕਰਾ ਪਾਏ, ਜਿੱਥੇ ਅੱਜ ਵੀ ਸਾਨੂੰ ਹਿੰਦੂ ਜੈਨਿਜ਼ਮ ਔਰ ਬੁੱਧਿਜ਼ਮ ਦਾ ਪਾਰਟ ਮੰਨਿਆ ਜਾਂਦਾ, ਯਾਨੀ ਕਿ ਅਸੀਂ ਜਿਹੜੇ ਹੈ ਸਿੱਖਿਜ਼ਮ ਬੁੱਧਿਜ਼ਮ ਅਤੇ ਜੈਨਿਜ਼ਮ ਉਹ ਹਿੰਦੂਇਜ਼ਮ ਦਾ ਹੀ ਪਾਰਟ ਹੈ। ਚਲੋ, ਜੇਕਰ ਤੁਸੀਂ ਇਹਨੂੰ ਹੀ ਨਹੀਂ ਪਾਸ ਕਰਾ ਸਕੇ, ਘੱਟੋ ਘੱਟ ਤੁਸੀਂ ਪੰਜਾਬੀ ਮਾਂ ਬੋਲੀ ਨੂੰ ਹੀ ਇੰਟਰਨੈਸ਼ਨਲ ਪੱਧਰ 'ਤੇ ਛੱਡੋ, ਤੁਸੀਂ ਵਿਸ਼ਵ ਪੱਧਰ 'ਤੇ ਹੀ ਯਾਨੀ ਕਿ ਭਾਰਤ ਦੇ ਵਿੱਚ ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਮੁੱਖ ਲੈਂਗੁਏਜ ਤੌਰ 'ਤੇ ਤੁਸੀਂ ਰਜਿਸਟਰ ਕਰਵਾ ਦਿੰਦੇ। ਤੁਹਾਨੂੰ ਕੀ ਲੱਗਦਾ ਕਿ ਤੁਸੀਂ ਜੋ ਵੀ ਫੈਸਲੇ ਲਓਗੇ, ਤੁਸੀਂ ਜੋ ਵੀ ਗੱਲ ਕਹੋਗੇ, ਤੁਸੀਂ ਆਰਾਮ ਨਾਲ ਖੇਡ ਲਓਗੇ? ਜਦ ਤੁਹਾਨੂੰ ਵਜ਼ਾਰਤ ਚਾਹੀਦੀ ਹੁੰਦੀ ਹੈ ਤਾਂ ਮੋਦੀ ਜੀ ਨੇ ਜੋ ਕਹਾ ਬਿਲਕੁਲ ਠੀਕ, ਮੋਦੀ ਜੀ ਬਿਲਕੁਲ ਠੀਕ ਕਹਿੰਦੇ ਨੇ, ਮੋਦੀ ਜੀ ਆਹ, ਮੋਦੀ ਜੀ ਹੈ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵੀ ਪਿੱਠ ਥਪਥਪਾ ਕੇ, ਮੈਂਬਰ ਆਫ ਪਾਰਲੀਮੈਂਟ ਜਿਹੜੇ ਨੇ ਆਪਣੇ ਹੋਰ ਜਾ ਕੇ ਪਾਰਲੀਮੈਂਟ ਦੇ ਵਿੱਚ, ਮੋਦੀ ਜੀ ਨੇ ਜਿਹੜਾ ਇਹ ਫੈਸਲਾ ਲਿੱਤਾ ਅਸੀਂ ਉਹਦਾ ਸਵਾਗਤ ਕਰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਬਿਲਕੁਲ ਨਾਲ ਚੱਲੇਗੀ, ਸ਼੍ਰੋਮਣੀ ਅਕਾਲੀ ਦਲ ਜੀ ਜਿਹੜੀ ਹੈਗੀ ਆ ਉਹ BJP ਦਾ ਸਾਥ ਦੇਵੇਗੀ, ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹ ਮੋਦੀ ਦੇ ਲਿੱਤੇ ਹੋਏ ਹਰ ਫੈਸਲੇ ਦਾ ਸਾਥ ਦਿੰਦੀ ਹੈ। ਅੱਜ ਤੁਹਾਡੀ ਦਿੱਲੀ ਦੇ ਵਿੱਚ ਗੱਲ ਨਹੀਂ ਬਣਦੀ ਤਾਂ ਤੁਸੀਂ CAA ਦਾ ਮੁੱਦਾ ਚੱਕ ਕੇ ਲਿਆਉਂਦੇ ਹੋ ਸਾਹਮਣੇ, ਇਹ ਡਬਲ ਸਟੈਂਡਰਡ ਪੋਲੀਟਿਕਸ ਕਿਉਂ ਖੇਡਦੇ ਹੋ ਤੁਸੀਂ? ਡਬਲ ਸਟੈਂਡਰਡ ਪੋਲੀਟਿਕਸ ਤੋਂ ਮੈਨੂੰ ਯਾਦ ਆਇਆ ਇੱਕ ਪ੍ਰਤੀਕਰਮ ਵੀ ਜਿਹੜੇ ਨੇ ਦਿੱਲੀ ਤੋਂ ਆਏ ਹੋਏ ਨੇ ਮਨਜਿੰਦਰ ਸਿੰਘ ਸਿਰਸਾ ਹੋਰਾਂ ਦੇ, ਉਹਨਾਂ ਨੂੰ ਵੀ ਇੱਕ ਵਾਰੀ ਸੁਣ ਲੈਂਦੇ ਹਾਂ। ਪ੍ਰੋਬਲਮ CAA ਦੀ ਨਹੀਂ ਹੈਗੀ, ਦੁਬਾਰਾ ਸਮਝ ਲਓ, ਸੀਟਸ ਦੀ ਨਹੀਂ ਹੈਗੀ,
प्रॉब्लम सीएए दे अपने स्टैंड दी है, यहां गठबंधन की चर्चा नहीं हो रही, यहां केवल इस बात की चर्चा हो रही है कि चुनाव नहीं लड़ा जाएगा। देयर आर पीपल आर ओपोजिंग टू सीएए, वी डू नॉट अपोज टू सीएए, बट वी वॉन्ट टू मुस्लिम टू बी इंक्लूडेड, एनी प्रोसिक्यूटेड जो भी रिलीजन है इट शुड बी इंक्लूडेड। यस्टरडे इन विधानसभा ऑल्सो दैन अपना बराबर असं दो गल कर रहे होंगे, कैप्टन अमरिंदर सिंह जी का स्टैंड है कि मैं सीए हो नहीं देना, मीनस मैं किसी राइट नहीं मिलन देना, साडा यह कहना कि सब समझ नहीं आता। तुसी ओ ही सियासतदान हो जिहड़े कमल का झंडा अपने हाथ के विच फड़ के तुसी वख-वख रोस मुजाहरियां दे उत्ते जा के यह बयान दिते कि असी सीए दा स्वागत करते हैं। मनजिंदर सिंह सिरसा दे नाल बैठे हरमीत सिंह कालका नूं तुसी वेखो, बकायदा इन्हां दी तां अज कई थावां दे उत्ते सोशल मीडिया दे उत्ते पोस्टर जारी होए हन कि इन्हां ने सीए दा स्वागत किया सी, और अज सी ए इन्हों याद आ गया, अज इन्हों याद आ गया कि सिखा की उत्थे जी है वो घट गिणती दे विच आवाज़ जी बुलंद नहीं हो पा रही, अज सिख जड़े ने उन्होंने दे नाल कई सारे अहम जड़े मसले ने वो हो रहे हैं, अज सिखा की तुहानू याद आ गई। ए डबल पॉलिटिक्स और वो भी डर्टी पॉलिटिक्स तुसी क्यों खेडना चाहते हो, जब सत समुद्र पार बैठ के असी रोड मैप बनाने और मैं यह भी कहांगा कि परेशान होंने ता भी तुसी कहने हो तुसी घबराओ ना, असी भारत दे विच बैठे हाँ, असी तुहाडी नुमाइंदगी कर रहे हैं, तुसी बिल्कुल बेफिक्र हो जाओ। अज सैड जिहड़ी है वह वाकई सैड होई पई है, जिन्ने भी पंथक लीडर सीगे सीनियर लीडर सीगे वह श्रोमणी अकाली दल नूं पहले ही छड़ के जा चुके ने, मनजीत सिंह जी के ब्रह्मपुरा साहब ढींडसा साहब ए कई सारे जिहड़े लीडर ने जिहड़े श्रोमणी अकाली दल बादल नूं लंबे समय तो स्ट्रोंग करते हुए नज़र आए, अज उही उन्हां दा साथ नहीं दे रहे। लेकिन इत्थे गल एक मैनूं चेते आउंदी आ, कि जिन्ना मर्जी तुसी अपनी गल नूं ठीक कहण दे लई अपनी आवाज़ नूं बुलंद कर लवो, 100 दिन थोड़े होंदे हन, एक दिन ईमानदारी दा होंदा, और वो ईमानदारी और वो पॉजिटिविटी हुण नज़र आनी शुरू हो गई है कि किवें श्रोमणी अकाली दल अरशां तो फरशां तक पहुँची है। 2016 तो लैके 2020 यानी कि हुण 4 साल पूरे हो चुके हैं, बकायदा 2017 तो जब वो डिगनी शुरू हुई, अज डिगदी 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 और डिग गई। कहण दा भाव है अपनी पॉलिटिक्स नूं तुसी साफ करो, डबल स्टैंडर्ड पॉलिटिक्स लंबे समय तक नहीं चलती, एक ना एक दिन तुसी एक्सपोज होंदे हो। तुसी बीजेपी नूं अपना बाप कहिंदे सीगे, बीजेपी नूं अपना भरा कहिंदे सीगे, बीजेपी नूं तुसी अपनी माँ कहिंदे सीगे, अज तुसी उसी माँ बाप और पुत दे नाल शरेआम रिश्ता तोड़िया है, क्योंकि तुहानूं सेवा नहीं तुहानूं राज करना है। यही अज दा मुद्दा, मिलदे आ ब्रेक तो बाद। ब्रेक तो बाद साढ़े सारे दर्शकों का स्वागत है। अकाली ते भाजपा गठजोड़ फिलहाल दिल्ली दे विच जिहड़ा टुट चुके है, जब मैं तुहानूं दस रहा सीगा ब्रेक तो जाण तो पहला कि किस गल की नज़र लगी है, या अगर नज़र लगी है तो ठीक लगी है, क्योंकि कई सारे जिहड़े सीनियर लीडर जिहड़े कि शुरू तो श्रोमणी अकाली दल दे नाल मोढ़ियां दे नाल मोढ़ा मिलाते हुए नज़र आए सीगे, अज वो उन्होंने अपने मोढ़ियां नूं दूर कर लिया, यानी कि जिहड़े श्रोमणी अकाली दल यानी कि जिहड़े टकसाली आगू ने उन्होंने वख अपनी एक पार्टी बना ली, और एक वड्डा हुंगारा जिहड़ा कॉन्स्टिट्यूशन क्लब दिल्ली दे विच भी 2 दिन पहला जिहड़ा दिता गया, जिथे वख वख श्रोमणी अकाली दल तो दूर होए यानी कि श्रोमणी अकाली दल जिन्होंने छड्डी वो कॉन्स्टिट्यूशन क्लब दे विच भी बकायदा एकजुट होए,
ਮਨਜੀਤ ਸਿੰਘ ਜੀ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਜਿਹੜੀ ਮੀਟਿੰਗ ਸੀਗੀ ਬੁਲਾਈ ਗਈ ਸੀਗੀ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋ ਸਕਦਾ ਉਹਦੇ ਉੱਤੇ ਚਾਨਣਾ ਪਾ ਲੈਂਦੇ ਹਾਂ। ਮੇਰੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹਨ ਮਨਜੀਤ ਸਿੰਘ ਜੀ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ। ਮਨਜੀਤ ਸਿੰਘ ਜੀ ਕੇ ਜੀ ਤੁਹਾਡਾ ਸਵਾਗਤ ਹੈ ਇਸ ਮੰਚ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮਨਜੀਤ ਜੀ ਤੁਹਾਡੇ ਓਪਨਿੰਗ ਕਮੈਂਟ ਜਾਣਨਾ ਚਾਹਾਂਗਾ। ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਯਾਨੀ ਕਿ ਸੈਡ ਅੱਜ ਸੈਡ ਹੋ ਚੁੱਕੀ ਹੈ ਤਾਂ ਬਕਾਇਦਾ ਸੋਸ਼ਲ ਮੀਡੀਆ ਦੇ ਉੱਤੇ ਟ੍ਰੋਲ ਵੀ ਕੀਤਾ ਜਾ ਰਿਹਾ ਕਿ ਮਨਜੀਤ ਸਿੰਘ ਜੀ ਕੇ ਜੀ ਦੀ ਹਾਈ ਲੱਗ ਚੁੱਕੀ ਹੈ ਹੁਣ ਪਾਰਟੀ ਨੂੰ। ਗੱਲ ਇਹ ਹੈ ਕਿ ਇਹ ਖਾਲੀ ਸੈਡ ਨਹੀਂ ਹੈ। ਹਾਂਜੀ ਇਸ ਨੂੰ ਸੈਡ ਨਾ ਕਹੋ। ਮੈਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨਹੀਂ ਆ ਜੀ, ਮੈਂ ਬੈਡ ਦੇ ਖਿਲਾਫ ਆ। ਇਹ ਬਾਦਲ ਹੈ, BAD ਠੀਕ ਹੈ, ਬਾਦਲ ਦਲ ਬਣ ਕੇ ਰਹਿ ਗਿਆ ਸੀਗਾ। ਜਿਹੜੀ ਸੰਗਤ ਹੈ ਜਿਹੜੇ ਲੋਕ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨਹੀਂ ਨੇ। ਸ਼੍ਰੋਮਣੀ ਅਕਾਲੀ ਦਲ ਅੱਜ 100 ਸਾਲ ਕੰਪਲੀਟ ਕਰ ਰਿਹਾ। ਇਸ ਸਾਲ ਸ਼ਹਾਦਤਾਂ ਦੇ ਕੇ ਗੁਰਦੁਆਰੇ ਆਜ਼ਾਦ ਕਰਾਏ, ਮਾਈਆਂ ਬੀਬੀਆਂ ਨੇ ਝੰਡਾ ਨਾਲ ਬਣ ਕੇ ਸਾੜੇ ਗਏ, ਪੰਜਾ ਸਾਹਿਬ ਦਰਬਾਰ ਸਾਹਿਬ ਸਭ ਆਜ਼ਾਦ ਹੋਇਆ। ਲੇਕਿਨ ਪਿਛਲੇ 20 ਸਾਲਾਂ ਦੇ ਵਿੱਚ ਇੱਕ ਪਰਿਵਾਰ ਨੇ ਇਸ ਤੇ ਕਬਜ਼ਾ ਕਰਕੇ, ਭਾਵੇਂ ਅਕਾਲ ਤਖ਼ਤ ਸਾਹਿਬ ਹੋਵੇ ਭਾਵੇਂ ਸ਼੍ਰੋਮਣੀ ਕਮੇਟੀ ਹੋਵੇ, ਇਹਨਾਂ ਨੇ ਆਪਣੇ ਮੁਫਾਦ ਲਈ ਲੜਾਈ ਲੜੀ, ਕੌਮ ਦੇ ਮੁਫਾਦ ਲਈ ਨਹੀਂ ਲੜੀ। ਔਰ ਅੱਜ ਜਦੋਂ BJP ਨੇ ਇਹਨਾਂ ਨੂੰ ਦਰਵਾਜ਼ਾ ਬਾਹਰ ਦਾ ਦਿਖਾਤਾ, ਇਹ ਹਲੇ ਵੀ ਕਹਿ ਰਹੇ ਨੇ ਸਾਡਾ ਗਠਬੰਧਨ ਕਾਇਮ ਹੈ। ਤੁਹਾਡਾ ਗਠਬੰਧਨ ਵਨ ਸਾਈਡਿਡ ਲਵ ਅਫੇਅਰ ਹੈ BJP ਨੇ, ਤੇ ਤੁਹਾਨੂੰ ਬਾਹਰ ਦਾ ਰਸਤਾ ਦਿਖਾਤਾ। ਉਹਦਾ ਕਾਰਨ ਹੈ ਜਿੱਦਾਂ ਤੁਸੀਂ ਦੱਸਿਆ ਨਾ ਕਿ ਅਸੀਂ 2 ਦਿਨ ਪਹਿਲੇ ਦਿੱਲੀ 'ਚ ਬਹੁਤ ਵੱਡਾ ਸਮਾਗਮ ਕੰਸਟੀਟਿਊਸ਼ਨ ਕਲੱਬ 'ਚ ਹੋਇਆ ਸੀ, ਜਿਹਦਾ ਨਾਂ ਸੀ ਸਫਰੇ ਅਕਾਲੀ ਲਹਿਰ, ਅਕਾਲੀ ਲਹਿਰ ਦਾ ਸਫ਼ਰ ਜੀ। ਔਰ ਉਹਦੇ ਵਿੱਚ ਦਿੱਲੀ 'ਚ ਜਿੱਦਾਂ ਮੇਰੇ ਨਾਲ ਸਰਨਾ ਸਾਹਿਬ ਦੀ ਨਹੀਂ ਬਣਦੀ ਆ, ਹੋਰ ਜਿਹੜੇ ਦਲ ਨੇ ਸਾਰਿਆਂ ਨੇ ਇਕੱਠਿਆ ਹੋ ਕੇ ਇੱਕ ਧੀਆ ਕੀਤਾ ਕਿ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਇਸ ਪਰਿਵਾਰ ਤੋਂ ਆਜ਼ਾਦ ਕਰਾਉਣੀ ਆ, ਅਕਾਲੀ ਦਲ 'ਚ ਉਹਨਾਂ ਨੂੰ ਬਾਹਰ ਕੱਢਣਾ। ਉਹਦਾ ਅਸਰ BJP ਤੇ ਬਹੁਤ ਪਿਆ, ਕਿਉਂਕਿ ਇਹ ਪ੍ਰੋਗਰਾਮ 18 ਤਰੀਕ ਨੂੰ ਸੀਗਾ ਤੇ ਅੱਜ 21 ਤਰੀਕ ਨੂੰ ਲਾਸਟ ਨੋਮੀਨੇਸ਼ਨ ਹੈ। ਇਹਨਾਂ ਨੂੰ 4 ਟਿਕਟਾਂ ਪਿਛਲੇ 25 ਸਾਲ ਤੋਂ ਮਿਲਦੀਆਂ ਸੀਗੀਆਂ। 11 ਸਾਲ ਮੈਂ ਵੀ ਪ੍ਰਧਾਨ ਨੇ ਅਕਾਲੀ ਦਲ ਦਾ ਦਿੱਲੀ 'ਚ, ਔਰ ਇਹਨਾਂ ਨੂੰ ਹਰ ਵਾਰੀ ਟਿਕਟਾਂ ਲੈ ਕੇ ਦਿੰਦੇ ਸੀ, MLA ਤੇ ਕੌਂਸਲਰ ਬਣਦੇ ਸੀਗੇ। ਲੇਕਿਨ ਅੱਜ ਮੈਂ ਸਮਝਦਾ ਵਾਂ ਕਿ ਪਹਿਲੀ ਦਫ਼ਾ BJP ਨੇ ਇਹਨਾਂ ਨੂੰ ਮਨਾ ਕਰ ਦਿੱਤਾ, ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਸਿੱਖਾਂ ਦਾ ਇਕੱਠ ਕਿਹੜੇ ਪਾਸੇ ਹੈ। ਇਹਨਾਂ ਨੂੰ ਤੇ ਆਪਣੀ ਕੌਮ ਦੇ ਵਿੱਚ ਹੀ ਨਕਾਰਿਆ ਗਿਆ। ਸੋ ਇਹ SAD ਨਹੀਂ ਹੈ, ਇਹ BAD ਹੈ, ਇਹ ਸੈਡ, ਇਹ ਸ਼੍ਰੋਮਣੀ ਅਕਾਲੀ ਦਲ ਨਹੀਂ ਹੈ, ਇਹ ਬਾਦਲ ਅਕਾਲੀ ਦਲ ਹੈ। ਉਸ ਨੂੰ ਇਸ ਵੇਲੇ ਲੋਕੀ ਪਸੰਦ ਨਹੀਂ ਕਰ ਰਹੇ, BJP ਨੇ ਵੀ ਇਹਨਾਂ ਨੂੰ ਬਾਹਰ, ਹਾਂ ਫਿਰ ਬਹਾਨਾ ਕੀ ਮਾਰਿਆ, ਬਹਾਨਾ ਮਾਰਿਆ ਪਹਿਲੇ ਤੇ ਕਹਿੰਦੇ ਰਹੇ ਸਵੇਰ ਤੋਂ ਕਿ ਜੀ ਅਸੀਂ 8 ਸੀਟਾਂ ਤੇ ਅਸੀਂ ਤਕੜੀ ਤੇ ਲੜਾਂਗੇ। ਮੈਂ ਪੁੱਛਣਾ ਚਾਹੁੰਦਾ ਵਾਂ ਤੇ ਫਿਰ ਲੜੇ ਕਿਉਂ ਨੀ ਸ਼ਾਮ ਨੂੰ, ਸ਼ਾਮ ਤੱਕ ਟਿਕਟਾਂ ਕਿਉਂ ਨੀ ਭਰੀਆਂ? ਕਿਉਂਕਿ ਸਰਸਾ ਹੋ ਗਿਆ, ਹਰਜੀਤ ਸਿੰਘ ਕਾਲਸਾ ਹੋ ਗਿਆ, ਇਹ ਸੁਖਬੀਰ ਦੇ ਪੈਰਾਂ ਸ਼ਾਮੀ ਪੈ ਗਏ ਜੀ, ਸਾਨੂੰ ਲੜਾਓ ਨਾ, ਸਾਡੀਆਂ ਜਮਾਨਤਾਂ ਜ਼ਬਤ ਹੋਣਗੀਆਂ, ਐਵੇਂ ਸਾਡਾ ਜਲੂਸ ਨਿਕਲ ਜਾਏਗਾ, ਮਿਹਰਬਾਨੀ ਕਰਕੇ ਸਾਨੂੰ ਨਾਲ ਲੜਾਓ। ਤੇ ਫਿਰ ਰਾਤੀ ਪ੍ਰੈਸ ਕਾਨਫਰੰਸ ਕਰਦੇ ਨੇ, ਔਰ ਉਹਦੇ 'ਚ ਕਹਿੰਦੇ ਨੇ ਕਿ ਜਿਹੜਾ ਨਵਾਂ ਕਾਨੂੰਨ ਆਇਆ CAA ਦਾ, ਮਨਜੀਤ ਸਿੰਘ ਜੀ ਕੇ ਜੀ ਨਾ ਲੜਾਓ ਇਹਦਾ ਕਾਰਨ ਕੀ ਤੁਸੀਂ ਮੰਨਦੇ ਹੋ ਕਿ ਇਹ ਇਸ ਗੱਲ ਨੂੰ ਕਿਉਂ ਕਹਿ ਰਹੇ ਨੇ, ਕਿਉਂਕਿ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਮਜ਼ਬੂਤ ਆ ਦਿੱਲੀ ਦੇ ਵਿੱਚ, ਇਸ ਕਰਕੇ ਇਹਨਾਂ ਨੂੰ ਆਪਣੀ ਹਾਰ ਪਹਿਲਾਂ ਹੀ ਦਿਖ ਗਈ? ਦੇਖੋ ਨਾ, ਇਹ ਤਾਂ ਮਿੰਤਾਂ ਕਰਦੇ ਪਏ ਸੀ BJP ਦੇ ਟਿਕਟਾਂ ਲੈਣ ਦੀਆਂ, ਉਹ ਆਮ ਆਦਮੀ ਤੋਂ ਨਹੀਂ ਭੱਜੇ। ਤੇ ਜਦੋਂ BJP ਨੇ ਇਹਨਾਂ ਦਾ ਸਾਥ ਛੱਡਿਆ ਨਾ, ਤੇ BJP ਨੇ ਕਿਹਾ ਅਸੀਂ ਤੁਹਾਨੂੰ ਟਿਕਟਾਂ ਨਹੀਂ ਦੇਣੀਆਂ, ਫਿਰ ਇਹਨਾਂ ਨੂੰ ਸਮਝ ਆ ਗਈ ਕਿ ਸਾਨੂੰ ਤਾਂ ਜਮਾਨਤਾਂ ਜ਼ਬਤ ਹੋ ਜਾਣਗੀਆਂ ਇਲੈਕਸ਼ਨਾਂ 'ਚ, ਤੇ ਫਿਰ ਭੱਜੇ। ਅੱਛਾ, ਫਿਰ ਇਹਨਾਂ ਨੇ ਪਹਿਲੇ BJP ਨੂੰ ਡਰਾਉਣ ਵਾਸਤੇ ਆਖਿਆ ਕਿ ਅਸੀਂ ਤੱਕੜੀ ਦੇ ਉੱਤੇ ਆਪਣੇ ਚੋਣ ਨਿਸ਼ਾਨ ਤੇ ਦਿੱਲੀ 'ਚ 8-10 ਸੀਟਾਂ ਲੜਾਂਗੇ। ਲੇਕਿਨ ਜਦੋਂ ਅਨਾਊਂਸਮੈਂਟ ਕਰ ਗਿਆ ਭੁੰਦੜ ਸਾਹਿਬ ਜਿਹੜਾ ਇਹਨਾਂ ਦਾ ਇੰਚਾਰਜ ਹੈ, ਉਹਦੇ ਬਾਅਦ ਇਹ ਜਾ ਕੇ ਸੁਖਬੀਰ ਦੇ ਪੈਰਾਂ 'ਚ ਪੈ ਗਏ ਜੀ, ਸਰਸਾ ਜੀ, ਕਿ ਸਾਡਾ ਜਲੂਸ ਨਾ ਕਢਾਓ, ਸਾਡੀਆਂ ਜਮਾਨਤਾਂ ਜ਼ਬਤ ਹੋ ਜਾਣਗੀਆਂ, ਸਾਡਾ ਉਹਦਾ ਤੇ ਸਾਡਾ ਭੁਲੇਖਾ ਬਣਿਆ ਰਿਹਾ ਜੀ। ਨੰਬਰ 1 ਨੰਬਰ 2 ਬਹਾਨਾ ਕੀ ਮਾਰਦੇ ਨੇ ਜਦੋਂ ਰਾਤੀ ਪ੍ਰੈਸ ਕਾਨਫਰੰਸ ਕਰਦੇ ਨੇ ਕਿ ਅਸੀਂ ਫੈਸਲਾ ਲਿਆ ਕਿ ਅਸੀਂ ਇਲੈਕਸ਼ਨ ਨਹੀਂ ਲੜਾਂਗੇ? ਕਹਿੰਦੇ ਨੇ ਕਿਉਂਕਿ BJP ਨੇ CAA ਦੇ ਵਿੱਚ ਮੁਸਲਮਾਨਾਂ ਦਾ ਨਾਂ ਨਹੀਂ ਰੱਖਿਆ, ਇਸ ਲਈ ਅਸੀਂ ਕੱਢ ਰਹੇ ਹਾਂ। ਮੈਂ ਪੁੱਛਣਾ ਚਾਹੁੰਦਾ, ਜੇ CAA ਦੇ ਕਾਨੂੰਨ ਦੇ ਵਿੱਚ ਤੁਸੀਂ ਪ੍ਰੋਟੈਸਟ ਕਰਨਾ ਸੀ ਤੇ ਤੁਸੀਂ ਸੁਪਰੀਮ, ਤੁਸੀਂ ਪਾਰਲੀਮੈਂਟ 'ਚ ਵੋਟਾਂ ਕਿਉਂ ਇਹਨਾਂ ਨੂੰ ਪਾਈਆਂ? ਅਕਾਲੀ ਦਲ ਵੋਟ ਪਾ ਕੇ ਆਇਆ ਬਿੱਲ ਦੇ ਹੱਕ 'ਚ, ਬੀਬਾ ਹਰਸਿਮਰਤ ਕੌਰ ਨੇ ਰਿਜ਼ਾਈਨ ਕਿਉਂ ਨਹੀਂ ਦਿੱਤਾ? ਹਾਲੇ ਤੱਕ ਅਸਤੀਫਾ ਕਿਉਂ ਨਹੀਂ ਦਿੱਤਾ? ਕੈਬਨਿਟ ਵਿੱਚ ਤੁਹਾਨੂੰ ਏਡਾ ਦੁੱਖ ਹੈਗਾ ਸੀਗਾ। ਮੈਂ ਸਮਝਦਾ ਵਾਂ ਕਿ ਇਹਨਾਂ ਨੂੰ ਆਪਣੀ ਔਕਾਤ ਪਤਾ ਲੱਗ ਗਈ ਸੀਗੀ, ਇਹਨਾਂ ਕੋਲ ਕੋਈ ਰਸਤਾ ਨਹੀਂ ਸੀਗਾ ਕਿ ਇਹ ਭੱਜ ਜਾਣ ਮੈਦਾਨ ਦੇ ਵਿੱਚੋਂ, ਆਪਣੀ ਜਾਨ ਫੜਾ ਲੈਣ,
और मैं समझता कि अज किसी नूं कुछ कहण दी लोड़ नहीं हैगी। गुरु महाराज जी बख्शिश है कि सारी शहर नूं पता लग गया, दुनिया नूं पता लग गया। जी जी जब तुसीं कॉन्स्टिट्यूशनल क्लब दे विच प्रोग्राम जिहड़ा कीता, उस प्रोग्राम दे विच किहड़े किहड़े लीडर्स मौजूद सीगे जो कि अड होए ने श्रोमणी अकाली दल बादल तों? सरदार ब्रह्मपुरा जी सीगे ਜਿਹੜੇ ਫਾਰਮਰ ਮੈਂਬਰ ਪਾਰਲੀਮੈਂਟ ਸੀਗੇ, ਉਹਦੇ ਵਿੱਚ ਸਰ ਸੁਖਦੇਵ ਸਿੰਘ ਢੀਂਡਸਾ, ਵੱਡੇ ਢੀਂਡਸਾ ਸਾਹਿਬ, ਪਰਮਿੰਦਰ ਢੀਂਡਸਾ ਸੀਗੇ, ਉਹਦੇ ਵਿੱਚ ਰਾਮੂ ਵਾਲੀਆ ਜੀ ਸੀਗੇ, ਉਹਦੇ ਵਿੱਚ ਸਰ ਸੇਵਾ ਸਿੰਘ ਸੇਖਵਾਂ ਸੀਗੇ, ਔਰ ਉਹਦੇ ਵਿੱਚ ਪਰਮਜੀਤ ਸਿੰਘ ਸਰਨਾ ਹੋਵੇ ਦਿੱਲੀ ਤੋਂ, ਅਸੀਂ ਹੋਈਏ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਦੋਨੋਂ ਸੀ, ਸਿੱਖ ਸਟੂਡੈਂਟ ਫੈਡਰੇਸ਼ਨ ਮਨਜੀਤ ਸਿੰਘ ਭੋਮਾ ਤੇ ਜਿਹੜੇ ਦੂਜੇ ਨੇ ਪੀਰ ਮੁਹੰਮਦ ਉਹ ਸੀਗੇ, ਉਹਦੇ ਵਿੱਚ ਬੱਬੀ ਬਾਦਲ ਜਿਹੜੇ ਇਹਨਾਂ ਦੇ ਪਰਿਵਾਰ ਦੇ ਮੈਂਬਰ ਨੇ ਉਹ ਸੀਗੇ, ਇਹਦੇ ਵਿੱਚ ਰਵਿੰਦਰ ਸਿੰਘ ਸੀਗੇ। ਸੋ ਇਸ ਕਰਕੇ ਬਾਬਾ ਦਾਦੂਵਾਲ ਸੀਗੇ, ਸੋ ਬਹੁਤ ਵੱਡੀਆਂ ਸ਼ਖਸੀਅਤਾਂ ਨੇ ਇੱਥੇ ਹਿੱਸਾ ਲਿਆ ਸੀਗਾ, ਔਰ ਮੈਂ ਸਮਝਦਾ ਕਿ ਉਹਦਾ ਅਸਰ ਬੀਜੇਪੀ ਨੂੰ ਸਮਝ ਆ ਗਈ ਕਿ ਸਿੱਖ ਤੇ ਇਹਨਾਂ ਦੇ ਨਾਲ ਹੈ ਨਹੀਂ ਤੇ ਇਹਨਾਂ ਨੂੰ ਵੋਟ ਇਹਨਾਂ ਨੂੰ ਸੀਟਾਂ ਕਾਹਦੀਆਂ ਦੇਣੀਆਂ। ਕੀ ਇਸ ਕੰਸਟੀਟਿਊਸ਼ਨ ਕਲੱਬ ਦੇ ਵਿੱਚ ਜਿਹੜੀਆਂ ਸ਼ਖਸੀਅਤਾਂ ਮੌਜੂਦ ਸੀਗੀਆਂ ਉਹਨਾਂ ਨੂੰ ਜਿਹੜੀ ਬੈਕ ਹੈਗੀ ਹੈ ਉਹ ਬੀਜੇਪੀ ਦੀ ਤਰਫੋਂ ਮਿਲੀ ਹੋਈ ਹੈ, ਇਹ ਵੀ ਮੀਡੀਆ ਦੇ ਵਿੱਚ ਖਬਰਾਂ ਸਾਹਮਣੇ ਆ ਰਹੀ ਹੈ, ਇਹਦੇ ਉੱਤੇ ਵੀ ਟਿੱਪਣੀ ਤੁਸੀਂ ਜ਼ਰੂਰ ਕਰੋ। ਨਹੀਂ 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 ਨਹੀਂ, ਉਹਨਾਂ ਦੇ ਵਿੱਚ ਕਈ ਐਸੀਆਂ ਪਾਰਟੀਆਂ ਜਿਹੜੀਆਂ ਬੀਜੇਪੀ ਦੇ ਖਿਲਾਫ ਨੇ, ਕਈ ਐਸੀਆਂ ਪਾਰਟੀਆਂ ਨੇ ਜਿਹੜੇ ਆਮ ਆਦਮੀ ਦੇ ਹੱਕ ਵਿੱਚ ਸੀਗੇ, ਲੇਕਿਨ ਇਸ ਪਲੇਟਫਾਰਮ ਦੇ ਇਸ ਲਈ ਇਕੱਠੇ ਹੋਏ ਕਿ ਅਸੀਂ ਭਾਵੇਂ ਆਪੋ ਇੱਕ ਦੂਜੇ ਨਾਲ ਲੜਦੇ ਹਾਂ, ਲੇਕਿਨ ਅਸੀਂ ਜਿਹੜਾ ਅਕਾਲ ਤਖ਼ਤ ਤੇ ਕਬਜ਼ਾ ਇਸ ਪਰਿਵਾਰ ਨੇ ਕਰ ਲਿਆ, ਸ਼੍ਰੋਮਣੀ ਕਮੇਟੀ ਦੇ ਕਬਜ਼ਾ ਇਸ ਪਰਿਵਾਰ ਨੇ ਕਰ ਲਿਆ ਕਿ ਇਹ ਜਾ ਕੇ ਜਦੋਂ ਅਮਿਤ ਸ਼ਾਹ ਕੋਲ ਜਾਂਦੇ ਨੇ ਮੀਟਿੰਗ ਕਰਨ ਲਈ ਸੁਖਬੀਰ ਬਾਦਲ ਅੱਜ ਤੋਂ ਹਫ਼ਤਾ ਪਹਿਲੇ, ਤੇ ਉੱਥੇ ਜਾ ਕੇ ਰਾਜੋਵਾਲਾ ਸਾਹਿਬ ਦੀ ਫਾਂਸੀ ਦੀ ਗੱਲ ਨਹੀਂ ਕਰਦੇ ਤੇ ਗੁਰਦੁਆਰਾ ਗਿਆਨ ਗੋਦੜੀ ਦੀ ਗੱਲ। ਤੁਹਾਨੂੰ ਲੱਗਦਾ ਕਿ ਤੁਸੀਂ ਸਾਰੇ ਰਲ ਕੇ ਅਕਾਲ ਤਖ਼ਤ ਸਾਹਿਬ ਤੇ ਜਿਹੜਾ ਕਬਜ਼ਾ ਕੀਤਾ ਹੋਇਆ ਜਿਹੜਾ ਤੁਸੀਂ ਕਹਿ ਰਹੇ ਹੋ ਉਹਨੂੰ ਤੁਸੀਂ ਛੁਟਾ ਲਓਗੇ? ਮੈਂ ਦੇਖੋ ਐਨਸੀਪੀਸੀ ਦੀ ਇਲੈਕਸ਼ਨ ਅਸੀਂ ਬੀਜੇਪੀ ਦੇ ਪ੍ਰੈਸ਼ਰ ਪਾ ਰਹੇ ਕਿ ਐਨਸੀਪੀਸੀ ਦੀ ਇਲੈਕਸ਼ਨ ਕਰਾਏ ਕਿਉਂਕਿ ਉਹ ਸੈਂਟਰਲ ਗਵਰਨਮੈਂਟ ਕਰਾਦੀ, ਸਟੇਟ ਨਹੀਂ ਕਰਾਦੀ। ਜੀ ਜੀ, ਜਿੱਦਣ ਇਲੈਕਸ਼ਨ ਹੋ ਗਈ ਇਹ ਪਰਿਵਾਰ ਨਹੀਂ ਲੱਭੇਗਾ, ਮੈਂ ਇਹ ਸਮਝਦਾ ਵਾਂ। ਉਹਦਾ ਕਾਰਨ ਉਹਦਾ ਕਾਰਨ ਆ ਕਿ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ, ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਦਗੀ ਹੋਵੇ, ਭਾਵੇਂ ਕਬਜ਼ੇ ਤੇ ਰੇਤਾ ਮਾਫੀਆ ਹੋਵੇ, ਭਾਵੇਂ ਡੇਟਾ ਮਾਫੀ ਹੋਵੇ, ਇਹ ਸਾਰੀਆਂ ਗੱਲਾਂ ਪਲਸ ਇਹ ਅੱਜ ਤੱਕ ਜੋ ਕਰਦੇ ਨੇ ਸਿਰਫ ਇੱਕ ਛੋਟੀ ਜਿਹੀ ਵਜ਼ੀਰੀ ਬਚਾਉਣ ਲਈ, ਆਪਣੇ ਪਰਿਵਾਰ ਦੀ ਇੱਕ ਚਟਣੀ ਅਚਾਰ ਛੋਟੀ ਵਜ਼ੀਰੀ ਬਚਾਉਣ ਵਾਸਤੇ ਇਹ ਸਾਰਾ ਕੁਛ ਕਰਦੇ ਨੇ, ਕੌਮ ਵਾਸਤੇ ਨਹੀਂ ਕਰਦੇ। ਅੱਛਾ ਜੀ, ਕੇ ਜੀ ਜਿਹੜੇ ਇਲਜ਼ਾਮ ਬਕਾਇਦਾ ਤੁਹਾਡੇ ਉੱਤੇ ਵੀ ਲਗਾਏ ਗਏ ਜਦ ਤੁਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀਗੇ, ਔਰ ਜਦ ਤੁਸੀਂ ਰਿਜ਼ਾਈਨ ਕੀਤਾ, ਔਰ ਇਹ ਵੀ ਕਿਹਾ ਜਾਂਦਾ ਤੁਸੀਂ ਰਿਜ਼ਾਈਨ ਨਹੀਂ, ਤੁਹਾਨੂੰ ਪਾਰਟੀ ਤੋਂ ਕੱਢਿਆ ਗਿਆ, ਅਸੀਂ ਉਸ ਦੇ ਉੱਤੇ ਨਹੀਂ ਆਵਾਂਗੇ, ਜੋ ਵੀ ਤੁਹਾਡੀ ਅਨਬਨ ਜਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਹੋਈ ਤਾਂ ਉਹ ਕਿਸ ਕਾਰਨ ਹੋਈ ਸੀਗੀ, ਔਰ ਜਿਹੜੇ ਇਲਜ਼ਾਮ ਤੁਹਾਡੇ ਉੱਤੇ ਲਾਏ ਗਏ ਨੇ ਉਹਨਾਂ ਇਲਜ਼ਾਮਾਂ ਦੇ ਉੱਤੇ ਤੁਸੀਂ ਕੀ ਕੁਝ ਆਪਣੇ ਸਪਸ਼ਟੀਕਰਨ ਦੇਣਾ ਚਾਹੋਗੇ? ਜੀ 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 ਕੇ ਜੀ, ਮੈਂ ਕਹਿ ਰਿਹਾ ਕੀ ਕੁਝ ਸਪਸ਼ਟੀਕਰਨ ਦੇਣਾ ਚਾਹੋਗੇ ਜੇਕਰ ਤੁਸੀਂ ਮੇਰਾ ਸਵਾਲ ਸੁਣ ਲਿਆ ਤੇ? ਹਾਂਜੀ, ਮੈਂ ਸਵਾਲ ਸੁਣ ਲਿਆ ਜੀ। ਗੱਲ ਇਹ ਹੈ ਕਿ ਜਦੋਂ ਕਿਸੇ ਤੇ ਇਲਜ਼ਾਮ ਲੱਗਣੇ ਤਾਂ ਮੈਂ ਤੁਹਾਡੇ ਤੇ ਲਗਾ ਦਿੰਦਾ ਇਲਜ਼ਾਮ, ਮੈਂ ਤੁਹਾਡੇ ਚੈਨਲ ਤੇ ਵੀ ਇਲਜ਼ਾਮ ਲਾ ਦਿੰਦਾ, ਲੇਕਿਨ ਜਦੋਂ ਕਿਸੇ ਤੇ ਇਲਜ਼ਾਮ ਲੱਗਦੇ ਨਾ ਉਹ ਕੋਈ ਸਰਪੰਚੀ ਆਪਣੀ ਨਹੀਂ ਛੱਡਦਾ, ਹੋਵੇ ਉਹ ਨਹੀਂ ਛੱਡਦਾ। ਮੈਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਅੱਜ 1.5 ਸਾਲ ਹੋ ਗਿਆ, ਇਹਨਾਂ ਨੇ ਜੋ ਝੂਠੇ ਮੁਕਦਮੇ ਪਾਣੇ ਸੀ ਪਾ ਦਿੱਤੇ। ਅੱਜ ਮੈਂ ਪੁੱਛਦਾ ਵਾਂ ਕਿ ਮੇਰੇ ਤੋਂ ਬਾਅਦ ਇਹਨਾਂ ਨੇ ਮਨਜਿੰਦਰ ਸਿੰਘ ਸਿਰਸੇ ਨੂੰ ਪ੍ਰਧਾਨ ਬਣਾਇਆ, ਅੱਜ ਸਿਰਸਾ ਪ੍ਰਧਾਨ ਹੈ, ਇੱਥੇ ਜਿਹੜੀ MLA ਦੀ MPA ਦੀ ਸਪੈਸ਼ਲ ਕੋਰਟ ਹੁੰਦੀ ਹੈ ਉਹ ਰਾਊਸ ਐਵਨਿਊ ਰੋਡ ਤੇ ਆ, ਅੱਜ ਰਾਊਸ ਐਵਨਿਊ ਰੋਡ ਦੇ ਵਿੱਚ ਸਿਰਸੇ ਦੇ ਉੱਤੇ 4 ਮੁਕਦਮੇ ਚੱਲ ਰਹੇ ਨੇ ਕਰਪਸ਼ਨ ਦੇ, ਸਿਰਸੇ ਨੇ ਕਿਉਂ ਰਿਜ਼ਾਈਨ ਨਹੀਂ ਦਿੱਤਾ? ਮੈਂ ਤਾਂ ਰਿਜ਼ਾਈਨ ਦੇ ਕੇ ਬਾਹਰ ਆ ਗਿਆ, ਹੁਣ ਪ੍ਰੂਫ ਕਰੋ, ਮੈਂ ਲੋਕਾਂ ਦੀ ਕਚਹਿਰੀ 'ਚ ਆ ਗਿਆ। ਔਰ ਤੁਸੀਂ ਜਿਹੜਾ ਪਰਸੋਂ ਦਾ ਪ੍ਰੋਗਰਾਮ 18 ਤਰੀਕ ਦਾ ਦੇਖਿਆ, ਜੋ ਇਕੱਠ ਦੇਖ ਰਹੇ ਹੋ, ਜਾਂ ਜਿਵੇਂ ਸਾਡੇ ਸਮਾਗਮ ਹੋ ਰਹੇ ਨੇ, ਮੈਂ ਨਵੀਂ ਪਾਰਟੀ ਲਾਂਚ ਕੀਤੀ ਹੈ, ਜਿਵੇਂ ਸੰਗਤ ਦਾ ਹੁੰਗਾਰਾ ਮਿਲ ਰਿਹਾ, ਉਸ ਤੋਂ ਇਹਨਾਂ ਨੂੰ ਘਬਰਾਹਟ ਹੋ ਰਹੀ ਹੈ ਕਿ ਅਸੀਂ ਤੇ ਮਨਜੀਤ ਸਿੰਘ ਨੂੰ ਚੋਰ ਬਣਾਇਆ ਸੀਗਾ, ਲੇਕਿਨ ਮਨਜੀਤ ਸਿੰਘ ਦੇ ਨਾਲ ਸੰਗਤ ਅੱਜ ਵੀ ਉੱਤਰ, ਜੋ ਕਿ ਸੰਗਤ ਪਛਾਣਦੀ ਹੈ, ਤੇ ਹੁਣ ਤੁਸੀਂ ਉਹਨਾਂ ਦਾ ਮੋਰ ਬਣਾ ਰਹੇ ਹੋ ਹੈ। ਪਰ ਸਿਆਸਤ ਦੇ ਵਿੱਚ ਝੂਠੇ ਇਲਜ਼ਾਮ ਲਾਏ ਗਏ ਨੇ, ਮੈਂ ਸਮਝਦਾ ਟਾਈਮ ਆਏਗਾ ਤਾਂ ਸਭ ਕਲੀਅਰ ਹੋਏਗਾ, ਮੈਂ ਤੇ ਆਪਣਾ ਅਹੁਦਾ ਛੱਡ ਕੇ ਬਾਹਰ ਆਇਆ ਵਾਂ,
जिस करके हुंगारा दे रहे हैं तुसी अगे वधो तुहानू तगड़ा कर रहे ने ताकि अकाल तख्त साहिब दे उत्ते अपने जिहड़ा अपनी जिहड़ी आइडियोलॉजी है वह पहुंचा सकन इस गल दे नाल तुसी सहमति रखदे हो ਮੈਨੂੰ ਨੀ ਸਮਝ ਆਉਂਦੀ ਹੈ ਕੌਣ ਕਹਿ ਰਹੇ ਨੇ ਅੱਗੇ ਇਹ ਗੱਲ ਤੁਸੀਂ ਬਾਦਲਾ ਨੂੰ ਕਹਿ ਰਹੇ ਸੀ ਬੀਜੇਪੀ ਨੇ ਆਪਣੀ ਅੱਖ ਰੱਖੀ ਹੋਈ ਹੈ ਹੁਣ ਤੁਸੀਂ ਸਾਡੇ ਤੇ ਇਹ ਇਲਜ਼ਾਮਬਾਜ਼ੀ ਹੈ ਇਹ ਅਕਾਲ ਤਖ਼ਤ ਤੋਂ ਜਿਹੜਾ ਫੈਸਲਾ ਹੋਏਗਾ ਉਹ ਕੌਮ ਦੀ ਚੜ੍ਹਦੀ ਕਲਾ ਵਾਸਤੇ ਹੋਏਗਾ ਉਹ ਕਿਸੇ ਅਕਾਲੀ ਦਲ ਜਾਂ ਕਿਸੇ ਬੀਜੇਪੀ ਵਾਸਤੇ ਜਾਂ ਕਿਸੇ ਕਾਂਗਰਸ ਵਾਸਤੇ ਨਹੀਂ ਹੋ ਸਕਦਾ ਇਲਜ਼ਾਮਾਂ ਦੀ ਕੀ ਗੱਲ ਹੈ ਇਲਜ਼ਾਮਾਂ ਦੇ ਤੇ ਜਿਹੜੇ ਮਰਜ਼ੀ ਇਲਜ਼ਾਮ ਕਿਸੇ ਦੇ ਉੱਤੇ ਤੁਸੀਂ ਲਾ ਦਿਓ ਜੀ ठीक है मेहरबानी थोड़ी तुसी अपने कीमती समा कट के अज इस मंच के उत्ते आए और अपने प्रतिक्रम साझे किए फिलहाल मैं कहते ब्रेक ले रुके जब ब्रेक तो बाद वापस आवाँगा काफ़ी सारे कॉलर्स भी मेरे नाल जुड़े हुए हैं लेकिन मैं श्रोमणी अकाली दल के बुलारे भी इस मंच के उत्ते इनविटेशन दिता है तो कोशिश उन्होंने भी करा लिया की तो उन्होंने भी पुछांगे कि दसो यह जिहड़ा सैड है श्रोमणी अकाली दल जिवें ही मनजीत सिंह जीके जी ने कहा हुण यह सैड नहीं है बैड हो चुके हैं इस उत्ते विचार करांगे ब्रेक तो बाद ब्रेक तो बाद साढ़े सारे दर्शकों का स्वागत है हुण फोन लाइन के उत्ते मेरे नाल सतपाल सिंह बराड़ मौजूद ने श्रोमणी अकाली दल यूएसए के बुलारे हैं उन्हां तो सवाल ले लैने हुण अगे बराड़ साहब बीजेपी दी कई बार तुसी सुर दे विच सुर मिलांदे हुए नज़र आए और सर हिलांदे हुए नज़र आए तुसी कहा कि सबका साथ सबका विकास जो मोदी जी कह रहे हैं बिल्कुल ठीक कह रहे हैं ਤੁਸੀਂ ਕਿਹਾ ਕਿ ਜਿਹੜੀ ਨੋਟਬੰਦੀ ਮੋਦੀ ਜੀ ਨੇ ਕੀਤੀ ਬਿਲਕੁਲ ਠੀਕ ਕੀਤੀ ਤੁਸੀਂ ਕਿਹਾ ਕਿ ਜਿਹੜਾ ਅਟੈਕ ਪੁਲਵਾਮਾ ਦੇ ਉੱਤੇ ਹੋਇਆ ਔਰ ਜਿਹੜੀ ਉਹਦੀ ਅੱਗੇ ਸਰਜੀਕਲ ਸਟ੍ਰਾਈਕ ਹੋਈ ਉਹ ਵੀ ਵਧੀਆ ਹੋਈ ਔਰ ਜਿਹੜਾ 550 ਪ੍ਰਕਾਸ਼ ਪੁਰਬ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਉਹ ਵੀ ਠੀਕ ਹੈ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਇਹ ਜ਼ਰੂਰ ਕਹਿੰਦੀ ਹੋਈ ਨਜ਼ਰ ਆਈ ਔਰ ਇਹ ਵੀ ਕਿਹਾ ਕਿ 1984 ਦਾ ਜਿਹੜਾ ਲੰਬੇ ਸਮੇਂ ਤੋਂ ਮਸਲਾ ਚੱਲ ਰਿਹਾ ਸੀਗਾ ਉਹਨੂੰ ਵੀ ਨਿਪਟਾਉਣ ਦੇ ਵਿੱਚ ਅਸੀਂ वचनबद्ध होए कई गलों के उत्ते तुसी अपनी गल कही है भी कहा कि अच्छे दिन आने वाले हैं जो बीजेपी कहती सीगी और उस गल के उत्ते भी तुसी अपनी गल कही सीगी अच्छे दिन आने वाले हैं यह बीजेपी का जड़ा डायलॉग सीगा लेकिन हुण की गल हो गई कि श्रोमणी अकाली दल दे यानी कि श्रोमणी अकाली दल बादल दे जड़े ने वह अच्छे दिन नहीं आ रहे 2017 तो बाद अज दिल्ली दे विच तुहाडा गठजोड़ टुट गया पहला सवाल मेरा यह है कि तुसी हुण अपना अलायंस पंजाब दे विच भी तोड़ोगे और दूजा मेरा सवाल तुहाडे तों हैगा कि तुहाडी सीनियर लीडर केंद्र दे विच मंत्री बीबी हरसिमरत कौर बादल अपनी वजारत छड्डणगे बराड़ साहब तुहाडा स्वागत है इस मंच दे उत्ते ਆਲੂ ਭਾਈ ਸਾਹਿਬ ਸਭ ਤੋਂ ਪਹਿਲਾਂ ਤਾਂ ਆਪ ਜੀ ਨੂੰ ਤੇ ਆਪ ਜੀ ਦੇ ਸਾਰੇ ਮਾਣ ਮੱਤੇ ਜੋ ਸਾਡੇ ਦਰਸ਼ਕ ਉਹਨਾਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਸ਼ਹਿਦ ਗੁਰਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਦੂਸਰਾ ਤੁਹਾਡਾ ਪਹਿਲਾ ਸਵਾਲ ਜੇ ਸ਼ੁਰੂ ਕਰੀਏ ਤਾਂ ਸਾਡਾ ਇਹ ਹੈ ਜੀ ਪ੍ਰਤੀਕਰਮ ਕਿ ਸਾਡਾ ਜੋ ਸ਼੍ਰੋਮਣੀ ਅਕਾਲੀ ਦਾ ਗੱਠਜੋੜ ਹੈ ਇਹ ਰਾਜਨੀਤਿਕ ਗੱਠਜੋੜ ਹੈ ਜਿਹਦੇ ਚ ਮਿਨੀਮਮ ਪ੍ਰੋਗਰਾਮ ਹੁੰਦੇ ਆ ਜਿਹਨਾਂ ਤੇ ਅਸੀਂ ਸਹਿਮਤ ਹੁੰਦੇ ਹਾਂ ਉਹਦੇ ਵਿੱਚ ਸਾਰੀਆਂ ਚੀਜ਼ਾਂ ਤੇ ਸਾਡਾ ਉਹਨਾਂ ਨਾਲ ਸਹਿਮਤ ਹੋਣ ਦੀ ਕਦੇ ਵੀ ਕੋਈ ਗਾਰੰਟੀ ਨਹੀਂ ਸੀ ਨਾ ਕੋਈ ਵਾਅਦਾ ਜੇ ਉਹ ਸਹੀ ਕੰਮ ਕਰਦੇ ਆ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਵੀ ਕਰਦੇ ਹਾਂ ਪਰ ਜਦੋਂ ਕਦੇ ਵੀ ਇਸ ਦੇ ਵਿੱਚ ਸਿਧਾਂਤਾਂ 'ਚ ਕੋਈ ਡਿਫਰੈਂਸ ਆਇਆ ਤਾਂ ਅਸੀਂ ਉਸ ਦੋ ਵੱਖਰੇ ਵੀ ਖੜੇ ਹਾਂ ਹੁਣ ਜਿਹੜਾ ਮੁੱਦਾ ਹੁਣ ਤੁਹਾਡਾ ਮੈਂ ਪਹਿਲੇ ਸਵਾਲ ਤੋਂ ਥੋੜ੍ਹਾ ਜਿਹਾ ਵਿਸਤਾਰ ਨਾਲ ਕਰਾਂ ਤਾਂ ਜੋ ਸਿਟੀਜ਼ਨਸ਼ਿਪ ਐਕਟ ਹੈ ਉਹਦੇ ਵਿੱਚ ਅਮੈਂਡਮੈਂਟ ਤੇ ਸਾਡੇ ਲੋਕ ਸਭਾ ਦੇ ਵਿੱਚ ਵੀ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਔਰ ਰਾਜ ਸਭਾ ਦੇ ਵਿੱਚ ਸਰਦਾਰ ਬਲਵਿੰਦਰ ਸਿੰਘ ਭੁੰਦੜ ਸਾਡੀ ਸਥਿਤੀ ਬਿਲਕੁਲ ਸਪਸ਼ਟ ਸੀ ਕਿ ਗੁਰੂ ਮਹਾਰਾਜ ਨੇ ਜੋ ਸਾਨੂੰ ਆਦੇਸ਼ ਦਿੱਤਾ ਹੈ ਸਿੱਖ ਧਰਮ ਦਾ ਇਸ ਕਿਸੇ ਵੀ ਧਰਮ ਦੇ ਆਧਾਰ ਤੇ ਅਸੀਂ ਦੇਸ਼ ਨੂੰ ਵੰਡਣ ਨੂੰ ਜਾਂ ਉਹਦੇ 'ਚ ਵੰਡੀਆਂ ਪਾਉਣ ਦੇ ਬਿਲਕੁਲ ਹੱਕ 'ਚ ਨਹੀਂ ਇਸ ਕਰਕੇ ਅਸੀਂ ਮੁਸਲਿਮ ਭਾਈਚਾਰੇ ਨੂੰ ਇਹਦੇ ਵਿੱਚ ਇੰਕਲੂਡ ਕਰਨ ਵਾਸਤੇ ਹਮੇਸ਼ਾ ਜ਼ੋਰ ਦਿੱਤਾ ਹੈ ਔਰ ਸਾਡੀ ਇਹ ਮੰਗ ਬਣੀ ਰਹੀ ਹੈ ਉਸ ਤੋਂ ਬਾਅਦ ਜੋ ਜੀਐਨਯੂ ਵਿੱਚ ਹੋਇਆ ਜੋ ਗੁੰਡਾਗਰਦੀ ਹੋਈ ਹੈ ਉਹਦੀ ਅਸੀਂ ਬਹੁਤ ਵਿਰੋਧਤਾ ਕੀਤੀ ਹੈ ਸਾਡੀ ਸਟੇਟਮੈਂਟ ਵੀ ਆਈ ਹੈ ਤੁਸੀਂ ਦੇਖੀ ਹੋਊਗੀ ਤੁਸੀਂ ਮੰਨਦੇ ਹੋ ਕਿ ਜਿਹੜਾ ਸਿਟੀਜ਼ਨ ਅਮੈਂਡਮੈਂਟ ਐਕਟ ਹੈ ਮੈਂ ਖਤਮ ਕਰਨ ਲੱਗਿਆ ਤੁਸੀਂ ਅਗਲਾ ਤੁਹਾਡਾ ਸਵਾਲ ਲਵਾਂਗਾ ਜੀ ਜੀ ਜਿਹੜਾ ਜਿੱਥੋਂ ਤੱਕ ਸਿਧਾਂਤਾਂ ਦੀ ਹੈ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ
ਪ੍ਰੇਮ ਸਿੰਘ ਚੰਦੂਮਾਜਰਾ ਜੀ, ਭੁੰਡਰ ਸਾਹਿਬ ਤੇ ਗੁਜਰਾਲ ਸਾਹਿਬ, ਇਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਸੀ ਕਿ ਜੋ ਤੁਸੀਂ ਡਿਸੀਜਨ ਲਓਗੇ ਦਿੱਲੀ ਦੇ ਸੰਬੰਧ ਦੇ ਵਿੱਚ ਉਸੇ ਤੇ ਅਮਲ ਕੀਤਾ ਜਾਊਗਾ। ਇਸ ਕਰਕੇ ਅਸੀਂ ਸਿਧਾਂਤਾਂ ਤੇ ਖੜਦੇ, ਅਸੀਂ ਆਪਦੇ ਜੋ ਸਿੱਖੀ ਸਿਧਾਂਤਾਂ ਦੇ ਪਹਿਰਾ ਨਾਲ ਦਿੰਦੇ ਹੋਏ ਵੀ ਅਸੀਂ ਸੀ ਏ ਏ ਦੇ ਮੁੱਦੇ ਤੇ ਇਲੈਕਸ਼ਨ ਲੜਨ ਤੋਂ ਪਛਾਣ ਹਟ ਗਏ ਹਾਂ। ਸਾਨੂੰ ਇਹ ਕੁਰਸੀਆਂ ਨਹੀਂ ਚਾਹੀਦੀਆਂ, ਬਲਕਿ ਅਸੀਂ ਇਹਦਾ ਤੋਂ ਪਾਸੇ ਰਹਿਣਾ ਅਸੀਂ ਬਿਹਤਰ ਸਮਝੇ। ਠੀਕ ਹੈ, ਦੂਸਰਾ ਕੁਰਸੀਆਂ ਨਹੀਂ ਚਾਹੀਦੀਆਂ। ਬਰਾੜ ਸਾਹਿਬ, ਲੈਟ ਮੀ ਕੰਪਲੀਟ ਆਲਸੋ, ਲੈਟ ਮੀ ਆਸਕ ਯੂ ਔਨ ਯੋਰ ਜਿਹੜੇ ਤੁਹਾਡੇ ਕਮੈਂਟਸ ਨੇ, ਤੁਸੀਂ ਕਿਹਾ ਸਾਨੂੰ ਕੁਰਸੀ ਨਹੀਂ ਚਾਹੀਦੀ, ਤਾਂ ਇਹਦਾ ਮਤਲਬ ਜਿਹੜੀ ਕੁਰਸੀ ਹੁਣ ਸਭ ਤੋਂ ਵੱਡੀ ਤੁਹਾਨੂੰ ਮਿਲੀ ਹੋਈ ਹੈ ਕੇਂਦਰ ਦੇ ਵਿੱਚ, ਉਹਨੂੰ ਤੁਸੀਂ ਛੱਡੋਗੇ? ਔਰ ਦੂਜੀ ਗੱਲ ਤੁਸੀਂ ਕਹੀ ਕਿ ਸੀਏ ਦੇ ਉੱਤੇ, ਤੁਸੀਂ ਆਪਣਾ ਸਟੈਂਡ ਲਿਆ, ਲੇਕਿਨ ਸਿਟੀਜ਼ਨ ਅਮੈਂਡਮੈਂਟ ਐਕਟ ਦਿੱਲੀ ਤੱਕ ਹੀ ਸਿਰਫ ਜਿਹੜਾ ਲਾਗੂ ਨਹੀਂ ਹੁੰਦਾ, ਪੂਰੇ ਦੇਸ਼ ਦੇ ਵਿੱਚ ਲਾਗੂ ਹੁੰਦਾ, ਔਰ ਪੂਰੇ ਦੇਸ਼ ਦੇ ਵਿੱਚ ਪੰਜਾਬ ਵੀ ਆਉਂਦਾ। ਕਿ ਪੰਜਾਬ ਦੇ ਵਿੱਚ ਵੀ ਤੁਸੀਂ ਆਪਣਾ ਲਾਈਨ ਛੱਡੋਗੇ? ਪੰਜਾਬ ਦੇ ਵਿੱਚ ਸਾਡਾ ਵਿਧਾਨ ਸਭਾ ਦੇ ਵਿੱਚ ਸਪਸ਼ਟ ਸਥਿਤੀ ਕੀਤੀ ਗਈ ਹੈ ਸਾਡੇ ਸ਼ਰਨਜੀਤ ਸਿੰਘ ਢਿੱਲੋਰਾ ਨੇ ਕਿ ਅਸੀਂ ਮੁਸਲਮਾਨ ਕਮਿਊਨਿਟੀ ਜੋ ਸਾਡੀ ਭਰਾ ਹੈ, ਬਰਾੜ ਸਾਹਿਬ, ਯੈਸ ਨੋ ਮੇਬੀ ਅਲਾਈਅੰਸ ਤੋੜੋਗੇ? ਯੈਸ ਨੋ ਮੇਬੀ ਅਲਾਈਅੰਸ ਤੋੜੋਗੇ ਪੰਜਾਬ ਦੇ ਵਿੱਚ? ਦੇਖੋ ਜੀ, ਸਭ ਪੋਸੀਬਿਲਟੀ ਹੋ ਸਕਦੀ ਹੈ। ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਸਿਧਾਂਤਾਂ ਨੂੰ ਕਦੇ ਵੀ ਤਨਾਜ਼ੀ ਨਹੀਂ ਦੇਊਗਾ। It's not about possibility. Yes, no, maybe. Yes, no, bolo, please. Go ahead. Alliance Punjab de vich todonge. Yes, no, maybe. ਇਹ ਸਮਾਂ ਦੱਸੇਗਾ ਜੀ ਸਾਡਾ। ਦੇਖੋ, ਮੈਂ ਬੇਨਤੀ ਕਰਾਂ, ਹਰਿਆਣਾ ਦੇ ਵਿੱਚ ਸਾਡਾ ਅਲਾਇੰਸ ਨਹੀਂ ਸੀਗਾ, ਉੱਥੇ ਜੋ ਹਾਸਲ ਹੋਇਆ ਤੁਸੀਂ ਦੇਖ ਲਿਆ। ਇਹ ਪੰਜਾਬ ਦੇ ਵਿੱਚ ਡਬਲ ਪੋਲਿਟਿਕਸ, ਸਾਡੀ ਜੋ ਡਬਲ ਪੋਲਿਟਿਕਸ ਸਟੇਟ ਵਾਈਜ਼ ਹੈ, ਡਿਫਰੈਂਟ ਹੈ। ਹਰੇਕ ਪੰਜਾਬ ਦੇ ਵਿੱਚ ਵੀ ਆਪਣਾ ਲਾਈਨਸ ਤੋੜੋ ਨਾ। ਪੰਥਕ ਪਾਰਟੀ ਹੋ, ਸਿੱਖਾਂ ਦੇ ਮਸਲੇ ਨੂੰ ਚੱਕਦੇ ਹੋ, ਆਰਐਸਐਸ ਨਾਲ ਤੁਹਾਡੀ ਜਿਹੜੀ ਹੈ ਉਹ ਵਿਚਾਰਧਾਰਾ ਮੈਚ ਨਹੀਂ ਕਰਦੀ, ਤਾਂ ਫਿਰ ਉੱਥੇ ਵੀ ਤੁਸੀਂ ਆਪਣਾ ਜਿਹੜਾ ਹੈਗਾ ਅਲਾਈਅੰਸ ਤੋੜੋ, ਆਪਣੀ ਵਜ਼ਾਰਤ ਤੋਂ ਅਸਤੀਫਾ ਦਿਓ। ਕੇਂਦਰ ਦੇ ਵਿੱਚ ਤੁਹਾਡੀ ਸੀਨੀਅਰ ਲੀਡਰਸ਼ਿਪ ਵਜ਼ਾਰਤ ਉਹਨਾਂ ਨੇ ਸਾਂਭੀ ਹੋਈ ਹੈ, ਜਿਹੜੇ ਤੁਹਾਡੇ ਵਜ਼ੀਰ ਨੇ ਉਹਨਾਂ ਨੂੰ ਵੀ ਅਸਤੀਫਾ ਦਿਵਾਓ। ਕਿਉਂ ਜਾ ਕੇ ਫਿਰ ਬੀਜੇਪੀ ਦੇ ਅੱਗੇ ਨਤਮਸਤਕ ਹੁੰਦੇ ਹੋ ਤੁਸੀਂ? ਅੱਜ ਬੀਜੇਪੀ ਤੁਹਾਡੀ ਗੱਲ ਨਹੀਂ ਮੰਨਦੀ, ਤਾਂ ਤੁਸੀਂ ਕਹਿੰਦੇ ਕਿ ਸਾਡਾ ਸੀਏ ਦੇ ਉੱਤੇ ਸਟੈਂਡ ਹੈ? ਗੋਦਾਮ ਚ ਨਹੀਂ ਲਈ, ਆਰਡਰ ਕੀਤੀ ਅਸੀਂ ਆਰਡਰ ਕੀਤੀ ਤੇ ਆਰਡਰ ਨੂੰ ਤੁਸੀਂ ਪਰੇ ਮਾਰੋ, ਛੱਡ ਗਿਆ ਉਸ ਵਜ਼ਾਰਤ ਨੂੰ, ਤਾਂ ਤੁਹਾਨੂੰ ਅਸੀਂ ਸਿੱਖ ਕੌਮ ਤੁਹਾਡੇ ਨਾਲ ਖੜੀ ਹੋਵੇਗੀ। ਦੇਖੋ, ਫਿਰ ਵੀ ਦੇਖਾਂਗੇ ਕਿ ਖੜੀ ਹੋਵੇਗੀ ਕਿ ਨਹੀਂ ਖੜੀ ਹੋਵੇਗੀ। ਬਹੁਤ ਸਾਰੇ ਕਬੂਲਨਾਮੇ ਨੇ, ਤੁਸੀਂ ਕਬੂਲ ਲੈਣੇ ਆ ਜੀ, ਪਰ ਫਿਰ ਵੀ ਤੁਹਾਡਾ ਸਟੈਂਡ ਕਲੀਅਰ ਹੋਣਾ ਚਾਹੀਦਾ। ਡਰਟੀ ਪੋਲਿਟਿਕਸ ਤੁਸੀਂ ਕਿਉਂ ਖੇਡਦੇ ਹੋ? ਕਿਉਂ ਤੁਹਾਡੀ ਪਾਰਟੀ ਹਮੇਸ਼ਾ ਡਰਟੀ ਪੋਲਿਟਿਕਸ ਖੇਡਦੀ ਹੈ? ਅੱਜ ਤੁਹਾਨੂੰ ਸੀਏ ਯਾਦ ਆ ਗਿਆ? ਅੱਜ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ, ਉਹੀ ਬੀਜੇਪੀ ਦੇ ਮੰਚਾਂ ਦੇ ਉੱਤੇ ਜਾ ਕੇ ਸੀਏ ਦੇ ਹੱਕ ਦੇ ਵਿੱਚ ਬੋਲਦੇ ਹੋਏ ਨਜ਼ਰ ਆਏ, ਆਪਣੇ ਹੱਥਾਂ ਦੇ ਵਿੱਚ ਬੈਨਰ ਲੈਂਦੇ ਹੋਏ ਨਜ਼ਰ ਆਏ, ਅੱਜ ਤੁਹਾਨੂੰ ਸੀਏ ਯਾਦ ਆ ਗਿਆ? ਅਸੀਂ ਪੂਰੀ ਤਰ੍ਹਾਂ ਸੰਪੂਰਨ ਵਿਰੋਧ ਨਹੀਂ ਕਰਦੇ ਸੀਏ ਦੇ ਕਰਕੇ, ਸਿੱਖਾਂ ਨੂੰ, ਆਪਣੇ ਸਾਰੇ ਅਫਗਾਨਿਸਤਾਨ ਦੇ ਸਿੱਖਾਂ ਨੂੰ, ਬੰਗਲਾਦੇਸ਼ ਦੇ ਹੋਰ ਜੋ ਕਮਿਊਨਿਟੀਆਂ, ਉਹਨਾਂ ਨੂੰ ਭਾਰਤੀ ਨਾਗਰਿਕਤਾ ਮਿਲੀ ਹੈ, ਜਿਹੜਾ ਪੂਰਨ ਵਿਰੋਧ ਨਹੀਂ ਕਰਦੇ, ਪਰ ਅਸੀਂ ਇਹਨੂੰ ਕਦੇ ਵੀ ਇਸ ਰੂਪ ਦੇ ਵਿੱਚ ਐਕਸੈਪਟ ਨਹੀਂ ਕਰਦੇ ਜਿੰਨਾ ਚਿਰ ਕਿਉਂ ਨਹੀਂ ਪਾਰਲੀਮੈਂਟ ਦੇ ਵਿੱਚ, ਕਿਉਂ ਨਹੀਂ ਪਾਰਲੀਮੈਂਟ ਦੇ ਵਿੱਚ, ਕਿਉਂ ਨਹੀਂ ਤੁਹਾਡੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਨੇ ਬਿਆਨ ਦਿੱਤਾ ਇਸ ਦੇ ਹੱਕ ਦੇ ਵਿੱਚ, ਅੱਜ ਸੀਏ ਕਿਉਂ ਯਾਦ ਆ ਗਿਆ ਉਹਨਾਂ ਨੂੰ? ਨਹੀਂ, ਦੇਖੋ, ਬੇਨਤੀ ਕਰਾਂ ਮੈਂ ਫਿਰ, ਤੁਸੀਂ ਗੌਰਮੈਂਟ ਬਿਆਨ ਨੂੰ ਪੜ੍ਹੋ, ਉਹਦੇ ਵਿੱਚ ਹਮੇਸ਼ਾ ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ ਸਾਡੀ ਟਿੱਪਣੀ ਕਲੀਅਰ ਹੈ, ਬਿਲਕੁਲ ਸਟੈਂਡ ਕਲੀਅਰ ਹੈ। ਤੁਹਾਨੂੰ ਪਤਾ ਸੀ ਕਿ ਦਿੱਲੀ ਦੇ ਵਿੱਚ ਅਸੀਂ ਨਹੀਂ ਜਿੱਤਾਂਗੇ, ਤੁਹਾਨੂੰ ਪਤਾ ਸੀ ਕਿ ਦਿੱਲੀ ਦੇ ਵਿੱਚ ਅਸੀਂ ਬੁਰੀ ਤਰ੍ਹਾਂ ਨਾਲ ਸਾਨੂੰ ਸ਼ਿਕਸਤ ਮਿਲਣ ਵਾਲੀ ਹੈ, ਤੁਹਾਨੂੰ ਪਤਾ ਕਿ ਦਿੱਲੀ ਦੇ ਵਿੱਚ ਲੋਕ ਸਾਨੂੰ ਨਕਾਰ ਚੁੱਕੇ ਨੇ, ਤੁਹਾਨੂੰ ਪਤਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਸ ਤਰੀਕੇ ਦਾ ਹਸ਼ਰ 2017 ਦੇ ਵਿੱਚ ਪੰਜਾਬ ਦੇ ਵਿੱਚ ਹੋਇਆ, ਉਹੀ ਹਸ਼ਰ ਦਿੱਲੀ ਦੇ ਵਿੱਚ ਹੋਣ ਵਾਲਾ। ਅੱਜ ਤੁਸੀਂ ਲੋਕਾਂ ਦੇ ਸਾਹਮਣੇ ਆ ਕੇ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਤੁਸੀਂ ਡਰਟੀ ਪੋਲਿਟਿਕਸ ਕਰ ਰਹੇ ਹੋ। ਅਜੇ ਬੁੱਕਲ ਦੇ ਵਿੱਚ ਹੈ, ਪਰ ਸ਼੍ਰੋਮਣੀ ਅਕਾਲੀ ਦਲ ਨਾ ਹਾਰਾਂ ਤੋਂ ਡਰਿਆ, ਅਸੀਂ ਸਭ ਤੋਂ ਬਾਹਰ ਰਹਿ ਕੇ ਵੀ ਦੇਖਿਆ, ਅਸੀਂ ਤਸ਼ੱਦਦ ਵੀ ਸਹਾਰੇ ਆ, ਅਸੀਂ ਵਿਲੱਖਣ ਦੇ ਰਾਜ ਵੀ ਦੇਖਿਆ, ਸ਼੍ਰੋਮਣੀ ਅਕਾਲੀ ਦਲ ਇਹਨਾਂ ਦੀ ਪਰਵਾਹ ਨਹੀਂ ਕਰਨ ਲੱਗਾ। ਅਸੀਂ 2022 ਦੇ ਵਿੱਚ ਇਕੱਲੇ ਤੌਰ ਤੇ ਸਰਕਾਰ
जिंदगी भर साथ नहीं माया खड़े ने अजिहा की हो गया पार्टी दे विच श्रोमणी अकाली दल जिते हुए खड़े तुम्हें गल करते हो रणजीत सिंह ब्रेमपुरा जी ढींसा जी मनजीत सिंह जी के देखो 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 बेनती करा मैं देखो श्रोमणी अकाली दल इस तरह समस्यावां बहुत बड़ी आईया पर श्रोमणी अकाली दल एक इतिहास गवाह है कि श्रोमणी अकाली दल छड़न वाले हमेशा जीरो होए है तुसीं मेरे तो वध इतिहास जानदे हो रहे ने तो सैकड़ां दी गिनती दे विच वड्डे वड्डे सेमिनार कर रहे ने अकाली दल जो है एक है बाकी सारे धड़े है धड़ियां दी कोई नहीं हुंदी श्रोमणी अकाली दल दे परिवार ने यानी कि बादल परिवार ने श्रोमणी अकाली दल दे किसी लोकतंत्र ढंग नाल चुनी हुई पार्टी है एसजीपीसी दा प्रधान भी उवें चुने जांदे आ लोक चुनदे एसजीपीसी दी चोणां होंदियां बकायदा ਇਸੇ ਤਰ੍ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਜੋ ਚੋਣ ਹੈ ਬਿਲਕੁਲ ਲੋਕਤੰਤਰ ਢੰਗ ਨਾਲ ਹੋਈ ਹੈ ਇਹ ਕੁਛ ਲੋਕਾਂ ਨੂੰ ਇਸ ਤਰ੍ਹਾਂ ਦੇ ਦੇਖੋ ਪਾਰਟੀਆਂ ਦੇ ਵਿੱਚ ਰੂਸੀ ਮਟਾ ਬਣੇ ਹੈ ਜਿਹੜੇ ਨਹੀਂ ਔਰ ਹੋ ਸਕਿਆ ਤਾਂ ਤੁਸੀਂ ਵਜ਼ਾਰਤ ਵੀ ਛੱਡੋਗੇ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਹਰ ਸਥਿਤੀ ਦਾ ਹਰ ਪ੍ਰਸਥਿਤੀ ਦਾ ਹਰ ਸਿਆਸੀ ਮੌਕੇ ਤੇ ਹਰ ਸਾਡੇ ਕੋਲ ਆਪਣੀ ਪਾਲਸੀ ਕੋਰ ਕਮੇਟੀ ਉਹ ਸੀਗਲ ਰਹੀ ਹੈ ਫਿਰ ਘੁਮਾ ਰਹੇ ਹੋ ਗੱਲ ਚਲੋ ਖੈਰ ਇੰਦਰ ਦੇ ਜ਼ਰੂਰੀ ਹੋਇਆ ਤੁਸੀਂ ਗੱਲ ਨੂੰ ਘੁਮਾ ਰਹੇ ਹੋ ਪੰਜਾਬ ਦੇ ਵਿੱਚ ਜੇ ਸਾਡੀ ਕੋਰ ਕਮੇਟੀ ਦੀ ਪੋਲਿਟਿਕਸ ਕੀ ਤਰ੍ਹਾਂ ਇਲੈਕਸ਼ਨ ਕੰਡਾ ਲੜਦੀ ਹੈ ਡਰਟੀ ਪੋਲਿਟਿਕਸ ਸਾਡੀ ਆਪ ਦੀ ਡਰਟੀ ਹੋ ਚੁੱਕੀ ਹੈ ਹੁਣ ਡਰਟੀ ਪੋਲਿਟਿਕਸ ਆਪ ਦੀ ਡਰਟੀ ਹੋ ਚੁੱਕੀ ਹੈ ਹੁਣ ਲੋਕ ਸਮਝ ਚੁੱਕੇ ਨੇ ਮੈਨੂੰ ਲੱਗਦਾ ਲੇਕਿਨ ਮੈਂ ਵੀ ਫਿਰ ਵੀ ਆਪਣੇ ਦਰਸ਼ਕਾਂ ਨੂੰ ਦਰਖਾਸਤ ਕਰਾਂਗਾ ਕਿ ਇਸ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਵੀ ਆਪਣੇ ਕਮੈਂਟਸ ਮੇਰੇ ਨਾਲ ਸਾਂਝੇ ਕਰੋ ਸਤਪਾਲ ਸਿੰਘ ਬਰਾੜ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਹੋ ਰੱਬ ਦੀ ਕਿਰਪਾ ਬਹੁਤ ਧੰਨਵਾਦ ਜੀ ਸਮਾਂ ਦੇਣ ਦਾ ਜੀ ਜੀ ਗੁਰਫਤਿਹ ਜੀ ਗੁਰਫਤਿਹ ਜੀ ਅਤੇ ਮੈਂ ਆਪਣੇ ਦਰਸ਼ਕਾਂ ਨੂੰ ਦਰਖਾਸਤ ਕਰਾਂਗਾ ਕਿ ਤੁਸੀਂ ਮੈਨੂੰ ਹੁਣ ਕਾਲ ਕਰ ਸਕਦੇ ਹੋ ਜਾਂ ਫਿਰ ਮੈਨੂੰ ਈਮੇਲ ਕਰ ਸਕਦੇ ਹੋ harkeerat@justbroadcasting.com info@justbroadcasting.com ਦੇ ਉੱਤੇ ਫਿਲਹਾਲ ਇੱਕ ਬ੍ਰੇਕ ਲਈ ਰੁਕ ਰਿਹਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਵਾਗਤ ਹੈ ਸਾਡੇ ਸਾਰੇ ਦਰਸ਼ਕਾਂ ਦਾ ਕਾਫੀ ਸਾਰੇ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਵੀ ਕਾਲਸ ਆਪਾਂ ਲੈ ਲੈਂਦੇ ਹਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਆਪਣੇ ਹਰਕੀਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੁੱਦਾ ਲਿਆਂਦਾ ਮੈਂ ਹੁਣੇ ਆ ਸੁਣਿਆ ਸੀਗਾ ਇੱਕ ਤਾਂ ਬਰਾੜ ਨੂੰ ਲਿਆਂਦਾ ਤੁਸੀਂ ਇੱਕ ਜੀਕੇ ਨੂੰ ਜੀ ਤਾਂ ਦੋਏ ਝੂਠੇ ਆ ਇਹ ਜੀ 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 ਬਾਕੀ ਜਿਹੜਾ ਇੱਕ ਹੁਣ ਇਹ ਸਿਰਸਾ ਆ ਤੇ ਸਵੇਰੇ ਹਾਲੇ ਭੁੰਦੜ ਕਹਿੰਦਾ ਰਿਹਾ ਸੀ ਅੱਠ ਸੀਟਾਂ ਤੇ ਆਪਣੇ ਸਿੰਬਲ ਤੇ ਲੜਨਾ ਇੰਨੀ ਛੇਤੀ ਬਾਅਦ ਚ ਸਿਰਸੇ ਨੂੰ ਫੇਰ ਕੀ ਪੈ ਗਿਆ ਸੀਗਾ ਉਹ ਜਾ ਕੇ ਆਪਣੀ ਕਾਨਫਰੰਸ ਕਰਨ ਲੱਗ ਗਿਆ ਸੀ ਇਹਦਾ ਬਾਈਕਾਟ ਕਰਨਾ ਅਸੀਂ ਲੜਨੀ ਨੀ ਚਾਹੁੰਦੇ ਇਲੈਕਸ਼ਨ ਜੀ ਜੀ ਅਸੀਂ ਸੀਏ ਜਾਂ ਅਸੀਂ ਮੁੱਦਾ ਠਾਇਆ ਉਹਨਾਂ ਉਦੋਂ ਨੀ ਪਤਾ ਸੀ ਜਦੋਂ ਪਾਰਲੀਮੈਂਟ ਚ ਸੁਖਬੀਰ ਨੇ ਤਾਂ ਹਰਸਿਮਰ ਕੌਰ ਨੇ ਹੱਕ ਚ ਵੋਟਾਂ ਪਾਈਆਂ ਸੀ ਉਹਦੇ ਹੋਇਆ ਕੀ ਜੀ ਜਿਹੜੀ ਸਾਨੂੰ ਵੀ ਖਬਰਾਂ ਮਿਲ ਰਹੀਆਂ ਹਨ ਕਿ ਸਿਰਸੇ ਦੀ ਲੌਬੀ ਜਿਹੜੀ ਹੈ ਉਹ ਬੀਜੇਪੀ ਦੇ ਵਿੱਚ ਵੀ ਸਟਰੋਂਗ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਸਟਰੋਂਗ ਹੈ ਅਤੇ ਉਹਨੇ ਦੋਵੇਂ ਪਾਸੇ ਆਪਣੀ ਲੌਬੀ ਨੂੰ ਸਟਰੋਂਗ ਕੀਤਾ ਹੋਇਆ ਅਤੇ ਰਜੌਰੀ ਗਾਰਡਨ ਤੋਂ ਟਿਕਟ ਜਿਹੜੀ ਹੈ ਉਹ ਸਿਰਸੇ ਨੂੰ ਕਮਲ ਦੇ ਚੋਣ ਦੇ ਉੱਤੇ ਲੜਨ ਲਈ ਕਹਿੰਦੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਪ੍ਰੈਸ਼ਰ ਪੈਂਦਾ ਕਿ ਜੇ ਤੂੰ ਕਮਲ ਦੇ ਨਿਸ਼ਾਨ ਦੇ ਉੱਤੇ ਚੋਣ ਲੜਿਆ ਤਾਂ ਤੇਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸੀਟ ਹੈ ਉਹ ਵੀ ਜਾਊਗੀ ਤਾਂ ਏਦਾਂ ਹੋਇਆ ਹੈ ਇਹਨਾਂ ਨੂੰ ਕੁਛ ਆਪਣੇ ਡਰ ਪੈ ਗਿਆ ਜਿਹੜੇ ਪੈਰ ਖਿੱਚ ਗਏ ਪਿੱਛੇ ਜੀ 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 ਇਹ ਵੀ ਹੋ ਸਕਦਾ ਕਿ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਆਪਣੀ ਜਿਹੜੀ ਜਿੱਤ ਹੈ ਉਹ ਨਜ਼ਰ ਨਹੀਂ ਆਉਂਦੀ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਦੇ ਵਿੱਚ ਇੱਕ ਮੈਨੂੰ ਹੁਣ ਦੱਸੋ ਵੀ ਮਨਜੀਤ ਸਿੰਘ ਜੀ ਕੇ ਆ ਇਹਨੇ ਅਸਤੀਫਾ ਇੰਨੀ ਕਾਹਤੇ ਜੇ ਇੱਥੇ ਕਰਪਸ਼ਨ ਦੇ ਕੇਸ ਪੈ ਗਏ ਜਿੰਨਾ ਚਿਰ ਉਹ ਪ੍ਰੂਫ ਨਹੀਂ ਹੁੰਦੇ ਕਾਹਤੇ ਆਪਣਾ ਵਿੱਚ ਖੜਿਆ ਰਹਿੰਦਾ
ਜੀ 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 ਇਹ ਕਿੰਨੀ ਛੇਤੀ ਕਰੇ ਦੇ ਕੇ ਸੀ ਬਾਈ, ਇਹਦਾ ਮਤਲਬ ਇਹ ਝੂਠਾ ਆ। ਜੀ 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 ਦੂਜੀ ਗੱਲ ਆ, ਤੁਹਾਨੂੰ ਪਤਾ ਵੀ ਸੱਜਣ ਕੁਮਾਰ ਨੂੰ ਕਿੰਨੇ ਸਾਲਾਂ ਬਾਅਦ ਪ੍ਰੂਫ ਸਾਫ ਹੋਏ ਤੇ ਉਹਨੇ ਆਪਣੀ ਪਾਰਟੀ ਚੋਂ ਕੱਢਿਆ ਉਹਨੇ ਜਦ ਜੇਲ੍ਹ ਹੋਈ। ਜੀ 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 33 ਇਅਰਸ ਲੱਗ ਗਏ ਉਹਨੂੰ ਵੀ। ਹਾਂਜੀ ਹਾਂਜੀ, ਬਾਕੀ ਹੋਰ ਦੇਖ ਲਓ ਤੂੰ, ਇਹਨਾਂ ਤਾਂ ਹੁਣ ਬਣਨਾ ਕੀ ਹੈ ਪੰਜਾਬ 'ਚ ਵੀ ਤੋੜਨ ਤਾਂ ਪਤਾ ਹੀ ਆ, ਇੱਕ ਕੁਰਸੀ ਦੀ ਖਾਤਰ ਇਹ ਉਹਨਾਂ ਨਾਲ ਚੁੰਬੜੇ ਆ। ਜੀ 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 ਓਕੇ ਜੀ, ਸਤਿ ਸ਼੍ਰੀ ਅਕਾਲ, ਮਿਹਰਬਾਨੀ ਤੁਹਾਡੀ ਮਿਹਰਬਾਨੀ। ਮੇਰੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਸਤਿ ਸ਼੍ਰੀ ਅਕਾਲ ਜੀ, ਮੈਂ ਦੁੱਲਾ ਬੋਲ ਰਿਹਾ ਜੀ। ਜੀ ਜੀ ਦੁੱਲਾ ਸਾਹਿਬ, ਕੀ ਹਾਲ ਨੇ, ਠੀਕ ਹੋ? ਠੀਕ ਠਾਕ ਜੀ। ਗੱਲ ਇੱਦਾਂ ਜੀ, ਮਨਜੀਤ ਸਿੰਘ ਜੀ ਕੇ ਨੂੰ ਇੱਕ ਤਾਂ ਪਹਿਲੀ ਗੱਲ, ਇਸ ਟੀਵੀ ਤੇ ਆਉਣ ਤੋਂ ਪਹਿਲਾਂ ਇੱਕ ਗਲਤੀ ਦੀ ਮਾਫ਼ੀ ਮੰਗਣੀ ਚਾਹੀਦੀ ਸੀ ਜੀ, ਕਿ ਉਹਨੇ ਜਦੋਂ ਪ੍ਰੋਗਰਾਮ ਤੇ ਪਿਛਲੀ ਵਾਰ ਆਏ ਸੀ, ਉਹਨਾਂ ਨਾਲ ਦੁਰਘਟਨਾ ਹੋਈ ਸੀ, ਕਰਾਈ ਸੀ ਗਾਲੀਆਂ ਨੀ, ਕਰਾਈ ਸੀ, ਉਹਨੂੰ ਪਤਾ ਕਿਵੇਂ ਕਰਾਈ ਆ, ਉਹਨੂੰ ਪਹਿਲੇ ਆ ਕੇ ਮਾਫ਼ੀ ਮੰਗਣੀ ਚਾਹੀਦੀ ਸੀ, ਪਹਿਲਾਂ ਉਹਦਾ ਇਹਦਾ ਫਰਜ਼ ਬਣਦਾ ਸੀ ਜੀ, ਚੈਨਲ ਦੇ ਉੱਤੇ ਆ ਕੇ ਜੀ, ਸਾਰੇ ਸਰੋਤਿਆਂ ਨੂੰ ਸਾਰੇ ਲੋਕਾਂ ਨੂੰ ਕਿੰਨਾ ਬਦਨਾਮ ਕੀਤਾ ਕਿ ਇਹਨੀ ਸਿੱਖ ਪਰ ਜਸਟਿਸ ਨੇ ਕਰਾਇਆ, ਜੇ ਕਰਾਇਆ ਵੋ ਕਰਾਇਆ, ਕਰਾਇਆ ਇਹਨਾਂ ਦੇ ਬੰਦਿਆਂ ਨੇ ਸੀ ਜੀ ਜੀ, ਆ ਜਿਹੜਾ ਬੋਲ ਰਿਹਾ ਸੀ ਹੁਣ ਬਰਾੜ, ਇਹਦੀ ਸਾਰੀ ਸਿਸਟਮ ਸੀ ਇਹਦੇ ਕੋਲ, ਇਹਨੇ ਕਰਾਇਆ ਸੀ ਜੀ। ਬਰਾੜ ਸਾਹਿਬ ਨੂੰ ਮੈਂ ਗੱਲ ਪੁੱਛਦਾ ਕਿ ਸਾਡਾ ਅਕਾਲੀ ਦਲ ਕਹਿ ਰਿਹਾ ਕਿ ਇਹਨੀ ਕਿੱਥੋਂ ਖਰੀਦਿਆ, ਇਹ ਨੀ ਦੋ ਵਾਰੀ ਇਹਨੇ ਗਲੇ ਲਫ਼ਜ਼ ਮੂੰਹ ਨਿਕਲਿਆ ਸਾਡਾ ਅਕਾਲੀ ਦਲ, ਇਹ ਲੋਕਾਂ ਨੂੰ ਇਹ ਵੀ ਪਤਾ ਵੀ ਅਕਾਲੀ ਦਲ ਇਹਨਾਂ ਦਾ ਨਹੀਂ, ਅਕਾਲੀ ਦਲ ਸਾਡੇ ਲੋਕਾਂ ਦਾ, ਸਾਰਿਆਂ ਦਾ ਅਕਾਲੀ ਦਲ ਆ ਜੀ। ਕਾਲ ਨੂੰ ਮੰਨਣ ਵਾਲੇ ਨੂੰ ਅਕਾਲੀ ਦਲ ਕਹਿੰਦੇ ਆ, ਨਾ ਕਿ ਬਾਦਲ ਨੂੰ ਮੰਨਣ ਵਾਲੇ ਨੂੰ ਅਕਾਲੀ ਦਲ ਕਹਿੰਦੇ ਆ ਜੀ 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 ਜੀ, ਨਾ ਇਹ ਲੋਕ ਬੜੇ ਗਿਰ ਚੁੱਕੇ ਆ ਕਿ ਜਿਹੜੇ ਬਾਦਲ ਨੂੰ ਅਕਾਲੀ ਦਲ ਕਹਿੰਦੇ, ਬਾਦਲ ਅਕਾਲੀ ਆ, ਬਾਦਲ ਤਾਂ ਇੱਕ ਉਹ ਇਨਸਾਨ ਆ ਜਿਹਨੇ ਕਿ ਪੰਜਾਬ ਦਾ ਉਹ ਹਾਲ ਕਰਤਾ ਕਿ ਸਾਨੂੰ ਪੰਜਾਬ ਨੂੰ ਖੜਾ ਕਰਨ ਲਈ ਖਰੇ ਕੀ ਕਰਨਾ ਪਵੇ, ਕਿੰਨੀ ਜਦੋਜਹਦ ਕਰਨੀ ਪਵੇ ਕਿ ਅਸੀਂ ਮੁੜ ਕੇ ਪੰਜਾਬ ਨੂੰ ਪੈਰਿੰਗ ਲੈ ਆਈਏ ਜੀ। ਇਹ ਲੋਕ ਫੇਰ ਵੀ ਹਾਲੇ ਨੀ ਹਟਦੇ ਕਿ ਅਕਾਲੀ ਦਲ ਅਕਾਲੀ ਦਲ, ਸਿਮਰਤ ਕੌਰ ਹੁਣ ਅਸਤੀਫਾ ਦੇਵੇ, ਗਠਜੋੜ ਟੁੱਟ ਗਿਆ ਰਾਈਟ ਵੇ, ਜੇ ਗੱਠ ਚ ਆ ਤਾਂ, ਜੇ ਗੱਠ ਚ ਆ ਤਾਂ, ਪਰ ਇਹ ਗੱਠ ਤੋਂ ਬਿਨਾਂ ਲੋਕੀ ਤੁਰੇ ਫਿਰਦੇ ਆ ਜੀ 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 ਜੀ, ਇਹਨਾਂ ਚ ਕੋਈ ਇਨਸਾਨੀਅਤ ਨੀ ਹੁੰਦੀ ਜੀ। ਪਰ ਜਿਹੜੇ ਇੱਕ, ਮੈਂ ਤੁਹਾਨੂੰ ਹੋਰ ਗੱਲ, ਇੱਕ ਮਿੰਟ ਬੰਦ ਨਾ ਕਰੋ ਫੋਨ, ਨਹੀਂ ਨਹੀਂ ਗੋ ਹੈਡ ਜੀ ਗੋ ਹੈਡ। ਗੱਲ ਇਹ ਕਿਹਾ ਕਿ ਜਿਹੜੀ ਤੁਸੀਂ ਨਾ ਇਹ ਆਪਾਂ ਨੂੰ ਇੱਕ ਹੁਣ ਬੇਵਕੂਫ ਹੋਰ ਬਣਾ ਰਹੇ ਆ, ਜਿਹੜੇ ਕਿ ਇਹ ਦੂਏ ਢੀਸੇ ਹੁਣੀ ਬਾਹਰ ਕੱਢੇ ਆ, ਇਹ ਬਹੁਤ ਤਕੜੀ ਸਿਆਸਤ ਬਦਲੀ ਜੀ, ਬਹੁਤ ਤਕੜੀ ਸਿਆਸਤ ਆ, ਇਹ ਤੁਸੀਂ ਬਾਤ ਕਰਦੇ ਰਹੋ, ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਾ 22 ਤੋਂ ਪਹਿਲਾਂ ਇਹ ਸਾਰੇ ਮੁੜ ਕੇ ਇਕੱਠੇ ਹੋ ਕੇ ਇੱਕ ਸਟੇਜ ਤੇ ਨਹੀਂ ਇਲੈਕਸ਼ਨ ਲੜਨੀ ਆ, ਇਹ ਸਿਰਫ ਉਹਨਾਂ ਨੂੰ ਇਕੱਠੇ ਕਰਨ ਲਈ ਜਿਹੜੇ ਟੁੱਟੇ ਹੋ ਆ, ਰੁੱਸੇ ਆ, ਕਿਉਂ ਇਹ ਵੀ ਉਹਨਾਂ ਦੇ ਵਿੱਚ ਸੀਗੇ ਜਦੋਂ ਕਿ ਬਦਨਾਮੀ ਹੋਈ ਆ, ਕੋਈ ਵੀ ਇਨਸਾਫ਼ ਨਹੀਂ ਦਵਾ ਸਕੇ, ਜੋ ਵੀ ਬਬਲ ਕਰਾਂ ਹੋਇਆ, ਹੋਰ ਵੀ ਕਿਤੇ ਹੋਇਆ ਨਾ, ਇਹਨਾਂ ਨੇ ਇਸ ਕਰ ਡਰੇ ਕਰਕੇ ਇਹਨਾਂ ਨੂੰ ਛੱਡਿਆ ਕਿ ਜਾਓ ਕਿਤੇ ਉਹ ਇਕੱਠੇ ਕਰਕੇ, ਇਕੱਠੇ ਇੱਕ ਵਾਰ ਮੁੱਠ ਇਕੱਠੀ ਕਰ ਲਓ, ਇਹ ਦੋਨੇ ਪੇ ਪੁੱਤ ਬਿਲਕੁਲ ਸਾਬਤ ਹੋਣਗੇ ਝੂਠੇ, ਮੈਂ ਤੁਹਾਨੂੰ ਹੁਣ ਦੱਸਤਾ, ਅੱਜ info@justbroadcasting.com ਦੇ ਉੱਤੇ ਜਾਂ ਫਿਰ ਇਸ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰਕੇ ਆਪਣੇ ਪ੍ਰਤੀਕਰਮ ਇਸ ਮੰਚ ਦੇ ਉੱਤੇ ਰੱਖ ਸਕਦੇ ਹੋ। ਫਿਲਹਾਲ ਇੱਕ ਬ੍ਰੇਕ ਲਈ ਇੱਥੇ ਰੁਕ ਰਿਹਾ, ਮਿਲਦੇ ਬ੍ਰੇਕ ਤੋਂ ਬਾਅਦ। ਅੱਗੇ ਬਾਅਦ ਸਵਾਗਤ ਹੈ, ਲਗਾਤਾਰ ਸਾਡੇ ਨਾਲ ਕਾਲਰਸ ਜੁੜੇ ਹੋਏ ਹਨ, ਉਹਨਾਂ ਦੇ ਕਾਲਸ ਅਸੀਂ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਦਲਵੀਰ ਰਾਮ ਬੋਲ ਰਿਹਾ, ਅਤੇ ਮੈਂ ਅਕਾਲੀ ਦਲ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਜੀ। ਇਹਨੇ ਜਿਹੜੀਆਂ ਬੱਸਾਂ ਚੰਡੀਗੜ੍ਹ ਦਿੱਲੀ ਤੋਂ ਲਾਈਆਂ ਪੰਜਾਬ ਨੂੰ ਜੀ, ਉਹ ਬਾਦਲ ਦੀਆਂ ਕਿਹੜੀਆਂ ਜਾਂ ਮਨਿੰਦਰ ਦੀਆਂ? ਮੈਨੂੰ ਇੱਕ ਜਵਾਬ ਦਿਓ ਜੀ। ਜੀ ਜੀ, ਬੱਸਾਂ ਇੰਨੇ ਨੀ ਚੱਲਦੇ, ਏਅਰਪੋਰਟ ਨੀ ਬੰਦ ਕੀਤੇ ਆ ਜੀ, ਪੰਜਾਬ ਦੇ ਪੰਜਾਬੀ ਆਪਣੇ ਅੰਮ੍ਰਿਤਸਰ ਤੇ ਚੰਡੀਗੜ੍ਹ ਨੀ ਜਾ ਸਕਦੇ, ਦਿੱਲੀ ਜਾ ਸਕਦੇ, ਕਿਉਂ ਜਾ ਸਕਦੇ ਆ? ਜੀ 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 ਜੀ, ਇਸ ਵਿਸ਼ੇ ਦੇ ਉੱਤੇ ਅਸੀਂ ਹੀ ਜ਼ਰੂਰ ਗੱਲ ਕਰਾਂਗੇ, ਪਰ ਇਹ ਵਿਸ਼ਾ ਅੱਜ ਦਾ ਨਹੀਂ ਹੈਗਾ। ਮੇਰੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਇਹ ਤੋਂ ਬੋਲਦੇ ਆ ਜੀ, ਹਰਕੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਗੱਲ ਆ ਜੀ, ਗੱਲ ਇਹ ਆ ਕਿ ਬੜਾ ਦੁੱਖ ਆਇਆ ਵਾ, ਜਿਹੜਾ ਸਿਰਸਾ ਨਾ ਜੀ, ਇਹ ਬਹੁਤ ਪੀਲੀ ਦਾ ਸ਼ੈਤਾਨ ਬੰਦਾ, ਇਹਨੇ ਪਹਿਲੋਂ ਵੇਖੋ ਉਹ ਕੁੜੀ ਜਿਹੜੀ ਬਦਕਾਰ ਕੁੜੀ ਪਾਕਿਸਤਾਨ ਚ ਜੀ, ਆਪਣੀ ਮਰਜ਼ੀ ਨਾਲ ਮਾਂ ਪਿਓ ਦੀ ਇਤਨੀ ਵੇਖੀ ਤੇ ਮੁਸਲਮਾਨ ਨਾਲ ਫਰਾਰ ਹੋ ਗਈ ਸੀ, ਉਹਦੇ
ਉਹਦੀ ਗੱਲ ਨੂੰ ਵੀ ਇਹਨੇ ਕਿੱਥੋਂ ਤੱਕ ਚੁੱਕਿਆ, ਅੱਜ ਕੁੜੀ ਫੇਰ ਉੱਥੇ ਹੀ ਆ ਜੀ ਜੀ, ਇਹਨੂੰ ਕੀ ਲੋੜ ਸੀ ਹੁਣ ਇਸ ਟਾਈਮ ਤੇ ਇਹ ਗੱਲ ਕਰਨ ਦੀ ਜੀ 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 ਜੀ, ਆ ਜਿਹੜੀ ਦਿੱਲੀ ਹੁਣ ਗੱਲ ਕੀਤੀ ਆ ਸਵੇਰੇ, ਇਹਨੂੰ ਕੀ ਲੋੜ ਸੀ, ਇਹ ਆ ਤੀਲੀ ਦਾ ਇਹਦਾ ਦਿਮਾਗ ਫਿਰ ਗਿਆ ਸਰਸੇ ਦਾ, ਮਤਲਬ ਇਹ ਕਦੀ ਕਵਾਰ ਸਿਆਸਤਦਾਨਾਂ ਦੀ ਕੋਸ਼ਿਸ਼ ਹੁੰਦੀ ਕਿ ਮਸਲਾ ਕੋਈ ਹੋਰ ਚੱਲ ਰਿਹਾ ਔਰ ਲੋਕਾਂ ਨੂੰ ਕੋਈ ਹੋਰ ਮਸਲਾ, ਇਹ ਕੋਈ ਨਹੀਂਗਾ, ਉਹ ਕੁੜੀ ਕਿੱਥੇ ਗਈ ਆ ਜਿਹੜੀ ਉਹ ਪਾਕਿਸਤਾਨ ਵਾਲੀ ਜੀ, ਉਹ ਫਿਰ ਉਹਨਾਂ ਕੋਈ ਗਈ ਹੈ ਕਿ ਨਹੀਂ, ਜਿਹੜੀ ਸਰਕਾਰ ਉਹਨੇ ਮਾਂ ਪਿਓ ਦੀ ਇੱਜ਼ਤ ਨਹੀਂ ਵੇਖੀ ਜੀ, ਮਿਹਰਬਾਨੀ ਤੁਹਾਡੀ, ਮੇਰੇ ਨਾਲ ਕਾਫੀ ਸਾਰੇ ਕਾਲਰਸ ਹੋਰ ਵੀ ਜੁੜੇ ਹੋਏ ਨੇ ਲੇਕਿਨ ਸਮੇਂ ਦੀ ਘਾਟ ਹੋਣ ਕਾਰਨ ਮੈਂ ਕਾਲਸ ਤੁਹਾਡੀ ਨਹੀਂ ਚੱਕ ਸਕਦਾ, ਤੁਸੀਂ ਮੈਨੂੰ ਈਮੇਲ ਰਾਹੀਂ ਆਪਣੇ ਪ੍ਰਤੀਕਰਮ ਭੇਜ ਸਕਦੇ ਹੋ info@justbroadcasting.com, harkirat@justbroadcasting.com ਦੇ ਉੱਤੇ। ਗੱਲ ਅਸੀਂ ਅੱਜ ਅਕਾਲੀ ਅਤੇ ਭਾਜਪਾ ਦੇ ਗੱਠਜੋੜ ਦੀ ਕਰ ਰਹੇ ਸੀ ਕਿ ਉਹਨਾਂ ਦਾ ਭਾਈਵਾਲ ਜਿਹੜਾ ਹੈਗਾ ਹਾਲ ਫਿਲਹਾਲ ਦੇ ਵਿੱਚ ਦਿੱਲੀ ਦੇ ਵਿੱਚ ਟੁੱਟ ਚੁੱਕਿਆ। ਕਿਆ ਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਵੇਖਣਾ ਹੋਵੇਗਾ ਕਿ ਕੀ 2022 ਦੇ ਵਿੱਚ ਪੰਜਾਬ ਦੇ ਵਿੱਚ ਵੀ ਇਹ ਗੱਠਜੋੜ ਅੱਗੇ ਵੱਧਦਾ ਹੈ ਕਿ ਨਹੀਂ। ਦਿੱਲੀ ਦੇ ਵਿੱਚ ਕੇਂਦਰ ਦੇ ਵਿੱਚ ਬੈਠੇ ਹੋਏ ਜਿਹੜੇ ਇਹਨਾਂ ਦੇ ਵਜ਼ੀਰ ਨੇ, ਖਾਸ ਤੌਰ ਦੇ ਉੱਤੇ ਬੀਬੀ ਹਰਸਿਮਰਤ ਕੌਰ ਬਾਦਲ, ਕੀ ਉਹ ਆਪਣੀ ਵਜ਼ਾਰਤ ਛੱਡਣਗੇ, ਰਿਜ਼ਾਈਨ ਦੇਣਗੇ, ਜੇ ਇੰਨਾ ਹੀ ਉਹਨਾਂ ਨੂੰ ਚਾਅ ਹੈਗਾ ਸਿੱਖ ਇਸ਼ੂਆਂ ਦੇ ਉੱਤੇ। ਅੱਜ ਇਹਨਾਂ ਨੂੰ ਸਿੱਖ ਇਸ਼ੂ ਵੀ ਯਾਦ ਆ ਗਏ, ਘੱਟ ਗਿਣਤੀ ਵੀ ਯਾਦ ਆ ਗਈ, ਔਰ CAA ਅਮੈਂਡਮੈਂਟ ਐਕਟ ਜਿਹੜਾ ਸਿਟੀਜ਼ਨ ਅਮੈਂਡਮੈਂਟ ਐਕਟ ਹੈ, ਅੱਜ ਉਹਦੇ ਉੱਤੇ ਵੀ ਇਹਨਾਂ ਨੂੰ ਸਟੈਂਡ ਆਪਣਾ ਯਾਦ ਆ ਗਿਆ। ਸਿਆਸਤਦਾਨ ਜਿਹੜੇ ਰਾਜਨੀਤਿਕ ਲੋਕ ਹੁੰਦੇ ਹਨ, ਗੱਲ ਹਮੇਸ਼ਾ ਇਹੀ ਕਹੀ ਗਈ ਹੈ ਕਿ ਕਦੀ ਕਵਾਰ ਜਿਹੜਾ ਰਾਜ ਹੈ ਉਹ ਉੱਤੇ ਚਲਾ ਜਾਂਦਾ ਔਰ ਧਰਮ ਜਿਹੜਾ ਹੈ ਉਹ ਅੱਜ ਦੀ ਇਸ ਦੁਨੀਆ ਦੇ ਵਿੱਚ ਥੱਲੇ ਹਮੇਸ਼ਾ ਡਿੱਗਦਾ ਹੋਇਆ ਨਜ਼ਰ ਆ ਰਿਹਾ। ਧਰਮ ਉੱਚੇ ਉੱਚਾ ਚਲਾ ਗਿਆ ਅਤੇ ਰਾਜਨੀਤੀ ਜਿਹੜੀ ਹੈ ਉਹ ਥੱਲੇ ਡਿੱਗ ਗਈ, ਅਤੇ ਕਹਿਣ ਦਾ ਭਾਵ ਹੈ ਕਿ ਵਿਸ਼ਵਾਸ ਜਿਹੜਾ ਹੈ ਉਹ ਹਾਲ ਫਿਲਹਾਲ ਦੇ ਵਿੱਚ ਨਹੀਂ ਕੀਤਾ ਜਾ ਸਕਦਾ। ਲੇਕਿਨ 100 ਦਿਨ ਤੁਹਾਡੇ ਸਾਹਮਣੇ ਅਸੀਂ ਵੇਖਿਆ ਕਿ ਲੋਕਾਂ ਦੇ ਹਮੇਸ਼ਾ ਜਿਹੜੇ ਦਬਾਅ ਹੁੰਦੇ ਹਨ, ਪ੍ਰੈਸ਼ਰ ਹੁੰਦਾ ਉਹ ਹਮੇਸ਼ਾ ਸਾਹਮਣੇ ਆਉਂਦਾ, ਅਤੇ ਯਾਨੀ ਕਿ 100 ਦਿਨ ਜਿਹੜਾ ਹੁੰਦਾ ਉਹ ਰਾਜਨੀਤਿਕ ਲੋਕਾਂ ਦਾ ਹੁੰਦਾ, ਔਰ ਇੱਕ ਦਿਨ ਜਿਹੜਾ ਦਿਲ ਤੋਂ ਮਹਿਫੂਜ਼ ਰੱਖਣਾ ਚਾਹੁੰਦਾ ਹਰ ਕਿਸੇ ਨੂੰ, ਔਰ ਜਿਹੜਾ ਦਿਲ ਤੋਂ ਹਮੇਸ਼ਾ ਸੋਚਦਾ, ਕਿਉਂਕਿ ਜਿਹੜਾ ਵੋਟਰ ਹੈ, ਜਿਹੜੇ ਕਿ ਤੁਸੀਂ ਹੋ, ਜਿਹੜੇ ਕਿ ਸੋਚਣ ਵਾਲੇ ਲੋਕ ਨੇ, ਹਮੇਸ਼ਾ ਆਪਣੇ ਮਨ ਦੇ ਵਿੱਚ ਹਰ ਕਿਸੇ ਦੀ ਚੜ੍ਹਦੀ ਕਲਾ ਲਈ ਸੋਚਦੇ ਹਨ, ਉਹ ਹਮੇਸ਼ਾ ਦਿਲ ਤੋਂ ਸੋਚਦੇ ਹਨ। ਰਾਜਨੀਤਿਕ ਲੋਕ ਆਪਣੇ ਦਿਮਾਗ ਤੋਂ ਸੋਚਦੇ ਹਨ, ਲੇਕਿਨ ਉਹ 100 ਦਿਨ ਦਿਮਾਗ ਤੋਂ ਸੋਚਦੇ ਹਨ, ਇੱਕ ਦਿਨ ਦਿਲ ਤੋਂ ਸੋਚਣ ਵਾਲਾ ਦਾ ਹੁੰਦਾ, ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਕੁਝ ਵਾਪਰੇਗਾ ਉਹ ਤੁਹਾਡੀ ਖਿਦਮਤ ਦੇ ਵਿੱਚ ਇਸ ਮੰਚ ਦੇ ਉੱਤੇ ਲਿਆਉਂਦੇ ਰਹਾਂਗੇ। ਇਹੀ ਸੀਗਾ ਅੱਜ ਦਾ ਮੁੱਦਾ। ਮੈਂ ਸੀਗਾ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਧੰਨਵਾਦ। ਸਤਿ ਸ਼੍ਰੀ ਅਕਾਲ।